ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਖਾਨ ਬਹਾਦਰ ਜਬ ਮਰਿਓ, ਰਹਿ ਪੁੱਤਰ ਉਸ ਦੋਏ। ਲਾਹੌਰੈ ਔ ਮੁਲਤਾਨ ਕੋ ਸੂਬੇਦਾਰ ਪੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਸੰਧਿਆ ਦੇ ਦੀਵਾਨ ਸਜੇ ਹਨ। ਸਜੇ ਦੀਵਾਨਾਂ ਵਿੱਚ ਗੁਰੂ ਕੀ ਸੰਗਤ ਨੇ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਜਿਵੇਂ ਕਿ ਸਤਿਕਾਰਯੋਗ ਬਾਬਾ ਜੀ ਨੇ, ਗਿਆਨੀ ਲਖਵਿੰਦਰ ਸਿੰਘ ਜੀ ਹੋਰਾਂ ਨੇ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਪਿਛਲੇ ਸਾਲ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦੀ ਕਥਾ ਹੋਈ ਸੀ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਤੱਕ, ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਖੋਪਰੀ ਲੈ ਗਈ ਪਰ ਕੇਸ ਨਹੀਂ ਕੱਟਣ ਦਿੱਤੇ। ਉਹਨਾਂ ਦੀ ਸ਼ਹੀਦੀ ਦੇ ਨਾਲ ਹੀ ਜ਼ਕਰੀਆ ਖਾਨ ਚਲਾਣਾ ਕਰ ਗਿਆ ਸੀ। ਭਾਈ ਸਾਹਿਬ ਦਾ ਬਚਨ ਹੋਇਆ ਸੀ ਵੀ ਖਾਲਸਾ ਤੈਨੂੰ ਜੁੱਤੀ ਦੇ ਅੱਗੇ ਲੈ ਕੇ ਜਾਵੇਗਾ। ਕੋਈ ਬਚਨ ਹੋਇਆ, ਜ਼ਕਰੀਆ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਬੜੇ ਇਲਾਜ ਕੀਤੇ, ਭਾਈ ਸਾਹਿਬ ਦਾ ਸਰੀਰ ਸ਼ਾਂਤ ਨਹੀਂ ਸੀ ਹੋਇਆ। ਖੋਪਰੀ ਲਾਹਣ ਤੋਂ ਬਾਅਦ ਲਾਹੌਰ ਦੀ ਕਿਲੇ ਦੀ ਖਾਈ ਵਿੱਚ ਸੁੱਟ ਆਏ, ਜਿੱਥੇ ਲਾਹੌਰ ਦੇ ਸਿੱਖ ਸੇਵਾ ਕਰਦੇ ਰਹੇ। 22 ਦਿਨ ਭਾਈ ਤਾਰੂ ਸਿੰਘ ਜੀ ਰਹੇ ਹਨ ਖੋਪਰੀ ਉਤਰਨ ਤੋਂ ਬਾਅਦ। 22 ਦਿਨ ਉਹਨਾਂ ਦਾ ਸਰੀਰ ਰਿਹਾ, 22 ਦਿਨ ਜਿਉਂਦੇ ਰਹੇ। ਇਹ ਵੀ ਗੁਰੂ ਦੀ ਕੋਈ ਕਲਾ ਹੀ ਸੀ, ਕਿਉਂਕਿ ਖੋਪਰੀ ਲੈਣ ਤੋਂ ਬਾਅਦ ਬਹੁਤਾ ਚਿਰ ਬੰਦਾ ਜੀ ਨਹੀਂ ਸਕਦਾ। ਪਰ 22 ਦਿਨ ਭਾਈ ਤਾਰੂ ਸਿੰਘ ਜੀ ਬੈਠੇ ਰਹੇ, ਬਾਣੀ ਪੜ੍ਹਦੇ ਰਹੇ, ਨਾਮ ਜਪਦੇ ਰਹੇ, ਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਦੇ ਰਹੇ। ਧੰਨ ਭਾਈ ਤਾਰੂ ਸਿੰਘ ਜੀ, ਜੋ ਉਹਨਾਂ ਨੇ ਬਚਨ ਕੀਤਾ ਸੀ ਉਹਦੇ ਮੁਤਾਬਕ ਜ਼ਕਰੀਆ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਖਾਨ ਬਹਾਦਰ ਜ਼ਕਰੀਆ ਖਾਨ ਜਦੋਂ ਸਾਰੇ ਪਾਸਿਆਂ ਤੋਂ ਨਿਰਾਸ਼ ਹੋ ਗਿਆ, ਉਸਨੇ ਖਾਲਸੇ ਪੰਥ ਦੀ ਸ਼ਰਨ ਵਿੱਚ ਭਾਈ ਸੁਵੇਕ ਸਿੰਘ ਜੰਬਰ ਨੂੰ ਭੇਜਿਆ। ਸ੍ਰੀ ਅਕਾਲ ਬੰਗੇ ਅੰਮ੍ਰਿਤਸਰ ਖਾਲਸੇ ਦਾ ਦੀਵਾਨ ਸੱਜਿਆ ਸੀ। ਬੁੱਢਾ ਦਲ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਨਵਾਬ ਕਪੂਰ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੈਠੇ ਸਨ। ਸਾਰਾ ਖਾਲਸਾ ਪੰਥ, ਸਾਰੀਆਂ ਮਿਸਲਾਂ, ਸਾਰੇ ਦਲ ਪੰਥ ਉੱਥੇ ਹੀ ਸਨ। ਜ਼ਕਰੀਆ ਦੀ ਬੇਨਤੀ ਖਾਲਸੇ ਦੇ ਪੰਥ ਦੇ ਚਰਨਾਂ 'ਚ ਕੀਤੀ। 5 ਪਿਆਰਿਆਂ ਨੇ ਗੁਰਮਤਾ ਸੋਧ ਕੇ ਜਵਾਬ ਦਿੱਤਾ ਕਿ ਜ਼ਕਰੀਆ ਦੀ ਜਾਨ ਨਹੀਂ ਬਚ ਸਕਦੀ, ਉਸਨੇ ਬੜੇ ਪਾਪ ਕੀਤੇ ਹਨ, ਉਹਦਾ ਅੰਤ ਸਮਾਂ ਆ ਗਿਆ ਹੈ।
ਹਾਂ ਉਹਦਾ ਦੁੱਖ ਥੋੜ੍ਹਾ ਜਿਹਾ ਘੱਟ ਸਕਦਾ ਹੈ। ਜੇ ਉਹਦੇ ਸਿਰ ਦੇ ਵਿੱਚ ਭਾਈ ਤਾਰੂ ਸਿੰਘ ਜੀ ਦੇ ਪੈਰ ਦੀ ਜੁੱਤੀ ਮਾਰੀ ਜਾਵੇ। ਜਦੋਂ ਇਸ ਗੱਲ ਦਾ ਭਾਈ ਸੁਬੇਗ ਸਿੰਘ ਨੇ ਜਾ ਕੇ ਜ਼ਕਰੀਏ ਨੂੰ ਦੱਸਿਆ ਪਤਾ, ਜ਼ਕਰੀਏ ਨੇ ਭਾਈ ਸਾਹਿਬ ਦੇ ਚਰਨਾਂ ਦੀ ਜੁੱਤੀ ਫਟਾਫਟ ਮੰਗਵਾ ਕੇ ਆਪਣੇ ਸਿਰ 'ਚ ਮਰਵਾਈ। ਪਿਸ਼ਾਬ ਤਾਂ ਖੁੱਲ੍ਹ ਕੇ ਆ ਗਿਆ ਪਰ ਜ਼ਕਰੀਏ ਦੀ ਮੌਤ ਹੋ ਗਈ। ਜ਼ਕਰੀਏ ਦੇ ਦੋ ਪੁੱਤਰ ਸਨ, ਇੱਕ ਦਾ ਨਾਮ ਸੀ ਜਈਆ ਖਾਨ, ਇੱਕ ਦਾ ਨਾਮ ਸੀ ਸ਼ਾਹ ਨਿਵਾਜ਼ ਖਾਨ। ਇਹ ਦੋਵਾਂ ਪੁੱਤਰਾਂ ਦੀ, ਇੱਕ ਦੀ ਮੁਲਤਾਨ ਉੱਤੇ ਸੂਬੇਦਾਰੀ ਸੀ ਅਤੇ ਇੱਕ ਦੀ ਲਾਹੌਰ ਉੱਤੇ। ਕੁਦਰਤ ਨੂੰ ਐਸਾ ਭਾਣਾ ਮਨਜ਼ੂਰ ਹੋਇਆ ਕਿ ਦੋਵਾਂ ਦੀ ਆਪਸ ਵਿੱਚ ਖੜਕ ਗਈ। ਇੱਕ ਨੇ ਦੂਜੇ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਹ ਗੱਲ ਸਾਧ ਸੰਗਤ ਜੀ ਸਨ 1745 ਈਸਵੀ ਦੀ ਭਾਈ ਤਾਰੂ ਸਿੰਘ ਜੀ ਸ਼ਹੀਦ ਹੋਏ। ਉਸ ਤੋਂ 8-9 ਮਹੀਨੇ ਅੰਦਰ ਅੰਦਰ ਬਹੁਤ ਵੱਡਾ ਪੰਜਾਬ ਵਿੱਚ ਰਾਜਨੀਤਿਕ ਫੇਰ ਬਦਲ ਹੋ ਗਿਆ। ਉਸ ਸਮੇਂ ਵਿੱਚ ਹੀ ਛੋਟੇ ਘੱਲੂਘਾਰੇ ਦੀ ਕਥਾ ਸ਼ੁਰੂ ਹੁੰਦੀ ਹੈ ਜੋ ਮਈ ਦੇ ਮਹੀਨੇ ਸੰਨ 1746 ਨੂੰ ਹੋਇਆ। ਤਾਰੂ ਸਿੰਘ ਜੀ ਦੀ ਸ਼ਹੀਦੀ ਤੋਂ ਕੋਈ 8-10 ਮਹੀਨੇ ਬਾਅਦ ਇਹ ਭਾਣਾ ਵਰਤਿਆ ਸੀ। ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਹਾਹਾਕਾਰ ਮੱਚ ਗਈ ਸੀ ਇਸ ਕਤਲੇਆਮ ਨਾਲ। ਦੋ ਘੱਲੂਘਾਰੇ ਵੱਡੇ ਮੰਨੇ ਗਏ, ਇੱਕ ਛੋਟਾ ਘੱਲੂਘਾਰਾ, ਇੱਕ ਵੱਡਾ ਘੱਲੂਘਾਰਾ, ਜਿਹਦੇ ਵਿੱਚ ਬਹੁਤ ਸਿੰਘ ਇਕੱਠੇ ਹੀ ਮਰੇ। ਵੈਸੇ ਤਾਂ ਸਿੰਘਾਂ ਨੂੰ ਰੋਜ਼ ਹੀ ਘੱਲੂਘਾਰੇ ਰਹਿੰਦੇ ਸਨ, ਰੋਜ਼ ਹੀ ਦੰਗੇ ਫਸਾਦ, ਰੋਜ਼ ਹੀ ਕਤਲੋਗਾਰਤ ਖਾਲਸੇ ਦੇ ਖਿਲਾਫ ਹੁੰਦੀ ਰਹੀ। ਪਰ ਜਦੋਂ ਥੋੜ੍ਹੇ ਦਿਨਾਂ ਵਿੱਚ ਬਹੁਤੀਆਂ ਮੌਤਾਂ ਹੋਣ, ਹਜ਼ਾਰਾਂ ਦੀ ਤਾਦਾਦ ਵਿੱਚ ਸਿੰਘਾਂ ਦੀਆਂ ਜਾਨਾਂ ਗਈਆਂ ਹੋਣ, ਉਹਨੂੰ ਘੱਲੂਘਾਰਾ ਕਹਿੰਦੇ। ਜਿਵੇਂ 1984 ਦੇ ਵਿੱਚ ਵੀ ਜੂਨ ਅਤੇ ਨਵੰਬਰ ਦਾ ਆਪਾਂ ਘੱਲੂਘਾਰਾ ਕਹਿੰਦੇ ਹਾਂ। ਇਹ ਵੀ ਬੜਾ ਭਿਆਨਕ ਕਤਲੇਆਮ ਸੀ ਸਿੱਖਾਂ ਦਾ ਜਿਹੜਾ ਤੁਹਾਡੀਆਂ ਸਾਡੀਆਂ ਅੱਖਾਂ ਦੇ ਸਾਹਮਣੇ ਹੋਇਆ ਹੈ। ਪਰ ਉਸ ਜ਼ਮਾਨੇ 'ਚ ਬੜੇ ਘੱਲੂਘਾਰੇ ਹੁੰਦੇ ਰਹੇ, ਰੋਜ਼ ਹੀ ਸਿੰਘਾਂ ਦੇ ਖਿਲਾਫ ਚੱਲਦਾ ਸੀ ਕੰਮ। ਪਰ ਦੋ ਘੱਲੂਘਾਰੇ ਛੋਟਾ ਅਤੇ ਵੱਡਾ ਇਤਿਹਾਸ ਵਿੱਚ ਜ਼ਿਆਦਾ ਪ੍ਰਸਿੱਧ ਹਨ। ਛੋਟਾ ਘੱਲੂਘਾਰਾ ਪਹਿਲਾਂ ਹੋਇਆ ਸੰਨ 1746 ਦੇ ਵਿੱਚ, ਵੱਡਾ ਘੱਲੂਘਾਰਾ 1762 5 ਫਰਵਰੀ ਨੂੰ ਹੋਇਆ। ਯਾਨੀ ਕਿ ਪਹਿਲੇ ਨਾਲੋਂ, ਛੋਟੇ ਨਾਲੋਂ ਕੋਈ 16 ਸਾਲ ਬਾਅਦ। ਸੋ ਆਓ ਹੁਣ ਇਹ ਕਥਾ ਛੋਟੇ ਘੱਲੂਘਾਰੇ ਦੀ ਸ਼ੁਰੂ ਹੋ ਰਹੀ ਹੈ। ਗੁਰੂ ਘਰ ਦੇ ਨੌਜਵਾਨ ਵੀਰਾਂ ਗੁਰਸਿੱਖਾਂ ਨੇ ਪਿਛਲੇ ਸਾਲ ਵੀ ਇਹ ਵਿਚਾਰ ਕੀਤੀ ਸੀ ਕਿ ਪੰਥ ਪ੍ਰਕਾਸ਼ ਦੀ ਕਥਾ ਬਹੁਤ ਘੱਟ ਹੁੰਦੀ ਹੈ, ਬਹੁਤ ਘੱਟ ਸਥਾਨਾਂ 'ਤੇ। ਅੱਜ ਤੋਂ ਕਈ ਸਾਲ ਪਹਿਲਾਂ ਸ੍ਰੀ ਅੰਮ੍ਰਿਤਸਰ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਗਿਆਨੀ ਜਸਵੰਤ ਸਿੰਘ ਜੀ ਨੇ ਕੀਤੀ ਸੀ। ਦਾਸ ਨੇ ਇੱਕ ਵਾਰੀ ਅੰਬਾਲੇ ਮੰਜੀ ਸਾਹਿਬ ਕੀਤੀ ਸੀ, ਇੱਕ ਵਾਰੀ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲੇ। ਆਮ ਗੁਰਦੁਆਰਿਆਂ 'ਚ ਸੂਰਜ ਪ੍ਰਕਾਸ਼ ਦੀ ਕਥਾ ਹੁੰਦੀ ਹੈ,
ਪਰ ਪੰਥ ਪ੍ਰਕਾਸ਼ ਦੀ ਕਥਾ ਦਾ ਪ੍ਰਚਲਿਤ ਰਿਵਾਜ ਬਹੁਤ ਘੱਟ ਹੈ। ਇਹ ਕਥਾ ਜ਼ਰੂਰੀ ਹੋਣੀ ਚਾਹੀਦੀ ਹੈ ਕਿਉਂਕਿ ਸਾਡੇ ਨੌਜਵਾਨ ਜਾਂ ਸਾਡੀਆਂ ਸੰਗਤਾਂ ਨੂੰ ਸਾਨੂੰ ਸਾਰਿਆਂ ਨੂੰ ਇਹ ਪਤਾ ਲੱਗੇ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਵੀ ਸਿੱਖਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ। ਲਗਭਗ 100 ਸਾਲ ਜਿਹੜੀ 18ਵੀਂ ਸਦੀ ਹੈ, ਗੁਰੂ ਮਹਾਰਾਜ ਜੋਤੀ ਜੋਤ ਸਮਾਏ 1708 ਵਿੱਚ, ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋਈ 1716 ਵਿੱਚ, ਭਾਈ ਤਾਰਾ ਸਿੰਘ ਜੀ ਡਲਵਾਂ ਵਾਲੇ ਸ਼ਹੀਦ ਹੋਏ 1726 ਵਿੱਚ, ਭਾਈ ਮਨੀ ਸਿੰਘ ਜੀ ਦੇ ਬੰਦ ਕੱਟੇ 1734 ਵਿੱਚ, ਮੱਸੇ ਰੰਗੜ ਦਾ ਕਤਲ ਹੋਇਆ 1740 ਵਿੱਚ, 1745 ਤਾਰੂ ਸਿੰਘ ਸ਼ਹੀਦ ਹੋਏ ਅਤੇ 46 'ਚ ਛੋਟਾ ਘੱਲੂਘਾਰਾ ਹੋਇਆ, ਅਤੇ ਸਾਧ ਸੰਗਤ ਜੀ ਦਿਨ ਇਹਨਾਂ 'ਚ ਕੋਈ ਵੀ ਖਾਲੀ ਨਹੀਂ ਗਿਆ ਹੋਣਾ ਜਿਸ ਦਿਨ ਕੋਈ 2-4 ਸਿੰਘਾਂ ਦੀ ਸ਼ਹੀਦੀ ਨਹੀਂ ਹੋਈ। ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਜ਼ਕਰੀਆ ਖਾਨ 20 ਸਾਲ ਰਿਹਾ। ਪਹਿਲਾਂ ਉਹਦਾ ਪਿਓ ਸੀ ਸਰਬੁਲੰਦ ਖਾਨ, ਸੂਬਾ ਲਾਹੌਰ, ਉਸ ਤੋਂ ਬਾਅਦ ਉਹ ਬਣ ਗਿਆ। ਜ਼ਕਰੀਆ ਖਾਨ ਨੇ 20 ਸਾਲ ਦੇ ਵਿੱਚ ਜੋ ਸਿੱਖਾਂ ਦਾ ਘਾਣ ਕੀਤਾ, ਸਿੰਘਾਂ ਦੇ ਸਿਰ ਵੱਢ ਕੇ ਮੁਨਾਰਿਆਂ 'ਤੇ ਚਿਣ ਦਿੰਦਾ ਹੁੰਦਾ ਸੀ, ਖੂਹ ਭਰ ਦਿੰਦਾ ਸੀ ਸਿਰਾਂ ਦੇ ਨਾਲ, 80-80 ਰੁਪਈਏ ਤੱਕ ਜ਼ਕਰੀਆ ਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ। ਜ਼ਕਰੀਆ ਖਾਂ ਕਹਿੰਦਾ ਸੀ, ਸਿਰ ਪਰ ਹੋਵੇ ਜਿਸਕੇ ਕੇਸ, ਰਹਿਣ ਨਾ ਦੇਵੋ ਆਪਣੇ ਦੇਸ਼। ਜਿਹਦੇ ਸਿਰ 'ਤੇ ਦਾੜੀ ਕੇਸ ਦੇਖੋ ਕਤਲ ਕਰ ਦਿਓ, ਕੇਸਨ ਵਾਲੇ ਜੋ ਨਾਲ ਹੋਈ, ਬਾਲ ਬਿਰਧ ਲੱਭ ਛੱਡੋ ਨਾ ਕੋਈ। ਪੰਜਾਬ ਦੇ ਵਿੱਚ ਸਿੱਖਾਂ ਦਾ ਰਹਿਣਾ ਬਹੁਤ ਮੁਸ਼ਕਲ ਸੀ, ਬਹੁਤ ਔਖਾ ਸੀ, ਕਠਿਨ ਸੀ। ਜਿੱਥੇ ਵੀ ਸਿੱਖ ਲੱਭਦੇ ਸੀਗੇ, ਬੱਚੇ ਬੁੱਢੇ ਜਵਾਨ ਮਾਰ ਦਿੱਤੇ ਜਾਂਦੇ। ਜ਼ਕਰੀਆ ਮਰਿਆ ਸਨ 1745 ਦੇ ਵਿੱਚ, ਸਾਵਣ ਦੇ ਮਹੀਨੇ ਭਾਈ ਤਾਰੂ ਸਿੰਘ ਸ਼ਹੀਦੀ ਹੋਈ, ਉਸੇ ਦਿਨ ਹੀ ਉਹਦੀ ਮੌਤ, ਭਾਈ ਸਾਹਿਬ ਤੋਂ ਕੁਝ ਘੜੀਆਂ ਪਹਿਲਾਂ ਮਰ ਗਿਆ। ਫਿਰ ਭਾਈ ਸਾਹਿਬ ਨੇ ਸਵਾਸ ਦਿੱਤੇ। 46 'ਚ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ ਉਹਦੇ ਪੁੱਤਰਾਂ ਦੇ ਸਮੇਂ, ਸ਼ਾਹ ਨਿਵਾਜ਼ ਖਾਨ ਦੇ ਸਮੇਂ ਹੋਇਆ। ਉਹ ਕਥਾ ਜ਼ਰੂਰੀ ਹੈ ਸਾਨੂੰ ਸੁਣਨ ਵਾਲੀ, ਕਿਵੇਂ ਕਿਵੇਂ ਛੋਟਾ ਘੱਲੂਘਾਰਾ ਲਖਪਤ ਰਾਏ ਨੇ ਕੀਤਾ, ਜਿਹਨੂੰ ਆਪਾਂ ਲੱਖੂ ਪਾਪੀ ਕਹਿੰਦੇ ਹਾਂ, ਲੱਖੂ, ਉਹਦੀ ਕਥਾ, ਜਿਹਨੇ ਕਿਹਾ ਸੀ ਕਿ ਮੈਂ ਇੱਕ ਨਾਨਕ ਖੱਤਰੀ ਹੋਇਆ, ਨਾਨਕ ਖੱਤਰੀ ਨੇ ਪੰਥ ਚਲਾਇਆ ਸੀ ਅਤੇ ਮੈਂ ਲਖਪਤ ਖੱਤਰੀ ਹਾਂ, ਇਸ ਪੰਥ ਨੂੰ ਖਤਮ ਕਰ ਦਿਆਂਗਾ। ਗੁੜ ਨੂੰ ਗੁੜ ਨਹੀਂ ਕਹਿਣਾ, ਗੁੜ ਕਹਿਣ ਨਾਲ ਗੁਰੂ ਯਾਦ ਆ ਜਾਂਦਾ ਹੈ। ਲਾਹੌਰ ਵਾਲੇ ਅਜੇ ਤੱਕ ਵੀ ਗੁੜ ਨੂੰ ਗੁੜ ਨਹੀਂ ਕਹਿੰਦੇ, ਰੋੜੀ ਭੇਲੀ ਕਹਿੰਦੇ। ਗੁੜ ਕਹਿਣ ਤੋਂ ਕਹਿੰਦੇ ਗੁਰੂ ਮੂੰਹ ਤੋਂ ਨਿਕਲਦਾ। ਸਿੱਖਾਂ ਦੀ ਕੋਈ ਪੋਥੀ ਕਿਤਾਬ, ਗੁਰਬਾਣੀ ਦੀ ਕੋਈ ਸੈਂਚੀ ਘਰ 'ਚ ਨਹੀਂ ਰੱਖ ਸਕਦਾ, ਸਾੜ ਦਿੱਤੀਆਂ ਗਈਆਂ ਸਨ, ਖੂਹਾਂ 'ਚ ਸੁੱਟ ਦਿੱਤੀਆਂ ਗਈਆਂ ਸਨ। ਪੰਜਾਬ ਦੇ ਵਿੱਚ ਕੇਸਾਂ ਵਾਲਾ ਕੋਈ ਨਹੀਂ ਸੀ ਬਚਿਆ, ਸਭ ਮਾਰ ਦਿੱਤੇ ਗਏ ਸਨ। ਐਸੀ ਹਾਲਤ ਇਸ ਘੱਲੂਘਾਰੇ ਦੀ ਤੁਸੀਂ ਸੁਣਨੀ ਹੁਣ, ਜਿਹੜੇ ਭਾਈ ਹਾਜ਼ਰੀ ਭਰ ਰਹੇ ਹੋ, ਇੱਕ ਬੇਨਤੀ ਕਰਾਂ, ਰੋਜ਼ ਆਇਆ ਕਰੋ। ਜਿਹੜੇ ਘਰਾਂ 'ਚ ਵੀ ਬਹਿ ਕੇ ਸੁਣ ਰਹੇ ਹੋ, ਉਹ ਵੀ ਰੈਗੂਲਰ ਇਹ ਕਥਾ ਸੁਣੋ। ਵੈਸੇ ਤਾਂ ਸੂਰਜ ਪ੍ਰਕਾਸ਼ ਦੀ ਕਥਾ ਇੱਥੇ ਚੱਲਦੀ ਆ, ਉਹ ਵੀ ਜ਼ਰੂਰੀ ਹੈ, ਪਰ ਕਿਉਂਕਿ ਦਾਸ ਨੇ ਥੋੜ੍ਹੇ ਦਿਨਾਂ ਤੱਕ ਚਲੇ ਜਾਣਾ ਸੀ,
ਅਤੇ ਪ੍ਰਬੰਧਕਾਂ ਨੇ ਕਿਹਾ ਵੀ ਇਹ ਕਥਾ ਦਾ ਭੋਗ ਪਾਉਣ ਦੀ ਕੋਸ਼ਿਸ਼ ਕਰੋ, ਯਤਨ ਕਰਾਂਗੇ ਪੰਥ ਪ੍ਰਕਾਸ਼ ਸਾਰਾ ਪੂਰਾ ਹੋ ਜਾਵੇ। ਅੱਧੇ ਨਾਲੋਂ ਜ਼ਿਆਦਾ ਹੋ ਚੁੱਕਾ ਸੀ ਪਰ ਫਿਰ ਵੀ ਕਥਾ ਇੱਕਦਮ ਪੂਰੀ ਨਹੀਂ ਹੋਇਆ ਕਰਦੀ, ਸਮਾਂ ਲੱਗਦਾ ਹੈ, ਯਤਨ ਕਰਾਂਗੇ ਅੱਗੇ ਜਿਵੇਂ ਗੁਰੂ ਦਾ ਹੁਕਮ ਹੈ। ਇੱਕ ਪਲ ਦਾ ਵੀ ਪਤਾ ਨਹੀਂ ਹੁੰਦਾ। ਪਿਆਰ ਨਾਲ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਖਾਨ ਬਹਾਦਰ ਜੰਮਰਿਓ ਰਹਿ ਪੁੱਤਰ ਉਸ ਦੋਏ। ਸਾਧ ਸੰਗਤ ਜੀ, ਜਦੋਂ ਜ਼ਕਰੀਆ ਮਰ ਗਿਆ, ਸਾਨੂੰ ਖਾਨ ਬਹਾਦਰ ਜ਼ਕਰੀਆ ਖਾਨ ਦੀ ਮੌਤ ਹੋਈ, ਭਾਈ ਤਾਰੂ ਸਿੰਘ ਦੇ ਬਚਨ ਨਾਲ ਜੁੱਤੀਆਂ ਖਾਂਦਾ ਇਸ ਸੰਸਾਰ ਤੋਂ ਵਿਦਾ ਹੋਇਆ, ਨਰਕਾਂ ਵਿੱਚ ਗਿਆ। ਉਹਦੇ ਦੋ ਪੁੱਤਰ ਪਿੱਛੇ ਰਹਿ ਗਏ, ਲਾਹੌਰੇ ਔਰ ਮੁਲਤਾਨ ਕੋ ਸੂਬੇਦਾਰ ਪੈ ਸੋਏ। ਉਹਨਾਂ ਚੋਂ ਇੱਕ ਲਾਹੌਰ ਦਾ ਸੂਬੇਦਾਰ ਬਣ ਗਿਆ ਤੇ ਦੂਜਾ ਪੁੱਤਰ ਮੁਲਤਾਨ ਦਾ ਸੂਬੇਦਾਰ। ਮੁਲਤਾਨ ਇੱਕ ਵੱਖਰਾ ਸੂਬਾ ਸੀਗਾ, ਲਾਹੌਰ ਵੱਡਾ ਸੀ, ਮੁਲਤਾਨ ਪਰੇ ਸੀ। ਇੱਕ ਨੂੰ ਮੁਲਤਾਨ ਮਿਲ ਗਿਆ, ਦੋ ਪੁੱਤਰਾਂ ਨੇ ਪੰਜਾਬ ਨੂੰ ਵੰਡ ਲਿਆ। ਮੁਲਤਾਨ ਦਾ ਸੂਬੇਦਾਰ ਇੱਕ ਬਣ ਗਿਆ, ਇੱਕ ਲਾਹੌਰ ਦਾ ਬਣ ਗਿਆ। ਚੌਪਈ ਅਹੀਆ ਖਾਂ ਓ ਸ਼ਾਹ ਨਿਵਾਜ, ਇੱਕ ਦਾ ਨਾਮ ਸੀ ਯਹੀਆ ਖਾਨ, ਅਹੀਆ ਖਾਨ ਵੀ ਕਹਿ ਦਿੰਦੇ ਨੇ ਯਹੀਆ ਖਾਨ। ਦੂਜੇ ਦਾ ਨਾਮ ਸੀ ਸ਼ਾਹ ਨਿਵਾਜ ਖਾਨ। ਦੋਨੋਂ ਮਿਲ ਕਰ ਕਿਨੋ ਰਾਜ, ਦੋਵਾਂ ਨੇ ਪੰਜਾਬ ਦੇ ਉੱਤੇ ਰਾਜ ਕਰ ਲਿਆ। ਇੱਕ ਮੁਲਤਾਨ ਦਾ ਬਣ ਗਿਆ ਸੂਬੇਦਾਰ ਤੇ ਇੱਕ ਲਾਹੌਰ ਦਾ ਬਣ ਗਿਆ। ਸ਼ਾਹ ਨਿਵਾਜ ਫੜ ਅਹੀਓ ਲੈਓ, ਪਰ ਸ਼ਾਹ ਨਿਵਾਜ ਨੇ, ਕਿਉਂਕਿ ਸਾਧ ਸੰਗਤ ਜੀ ਜਿਹੜੀ ਰਾਜਨੀਤੀ 'ਚ ਕੋਈ ਭਰਾ ਭਰੂ ਨਹੀਂ ਹੁੰਦਾ, ਇਹਦੇ ਵਿੱਚ ਜਦੋਂ ਪੈਸੇ ਦਾ ਜਾਂ ਕੁਰਸੀ ਦਾ ਮਸਲਾ ਹੁੰਦਾ, ਭਾਈ ਭਾਈ ਨੂੰ ਮਾਰਨ ਲੱਗ ਜਾਂਦਾ। ਸ਼ਾਹ ਨਿਵਾਜ ਖਾਨ ਨੇ ਯਹੀਆ ਖਾਨ ਨੂੰ ਕੈਦ ਕਰ ਲਿਆ, ਲੂਟ ਕੂਟ ਬਾਰ ਕਰ ਦਿਓ, ਲੁੱਟ ਕੁੱਟ ਕੇ ਉਹਦਾ ਰਾਜ ਭਾਗ ਖੋ ਕੇ ਉਹਨੂੰ ਰਾਜ ਗੱਦੀ ਤੋਂ ਫਾਰਗ ਕਰ ਦਿੱਤਾ ਤੇ ਸਾਰਾ ਰਾਜ ਆਪ ਸੰਭਾਲ ਲਿਆ ਸ਼ਾਹ ਨਿਵਾਜ ਖਾਨ ਨੇ। ਇਸ ਬਿਤ ਕਾਲ ਕਛਕ ਬਿਤਾਇਓ, ਇਸ ਤਰ੍ਹਾਂ 2-3 ਮਹੀਨੇ ਬੀਤ ਗਏ, ਯਾਨੀ ਸਾਵਣ ਦੇ ਮਹੀਨੇ, ਅਗਸਤ ਦੇ ਮਹੀਨੇ ਜ਼ਕਰੀਆ ਮਰਿਆ ਸੀਗਾ ਤੇ ਥੋੜ੍ਹੇ ਦਿਨਾਂ ਬਾਅਦ ਰਾਜ ਪਲਟਾ ਹੁੰਦਾ ਸਿਆਲਾ ਲੰਘ ਚੱਲੇ, ਜਾਂ ਕਹਿ ਲਓ ਵੀ ਉਹ ਮਾਘ ਦੇ ਦਿਨ ਜਿਹੜੇ ਸਨ ਆ ਗਏ, ਥੋੜ੍ਹੇ ਦਿਨ ਲੰਘ ਗਏ। ਸ਼ਾਹ ਨਿਵਾਜ ਨਵਾਬ ਕਹਾਇਓ, ਹੁਣ ਸਾਰੇ ਪਾਸੇ ਲਾਹੌਰ ਦਾ ਵੀ ਤੇ ਮੁਲਤਾਨ ਦਾ ਵੀ ਰਾਜ ਸ਼ਾਹ ਨਿਵਾਜ ਖਾਨ ਦਾ ਹੋ। ਨਵਾਬ ਇਹ ਖਾਨਦਾਨੀ ਨਵਾਬ ਸਨ, ਇਹ ਆਪਣੇ ਆਪ ਨੂੰ, ਇਹਦਾ ਦਾਦਾ ਵੀ ਸਰਬੁਲੰਦ ਖਾਨ ਨਵਾਜ ਨਵਾਬ ਕਹਾਉਂਦਾ ਸੀ ਲਾਹੌਰ ਦਾ। ਜਦੋਂ ਬਾਬੇ ਬੰਦੇ ਬਹਾਦਰ ਨੂੰ ਗੜੀ ਗੁਰਦਾਸ ਨੰਗਲ ਦੀ ਵਿੱਚੋਂ ਗ੍ਰਿਫਤਾਰ ਕੀਤਾ, ਉਹਨੇ ਹੀ ਉਹਦਾ ਹੀ ਰਾਜ ਸੀ ਉਦੋਂ ਪੰਜਾਬ ਉੱਤੇ, ਅਤੇ ਉਹਦਾ ਪੁੱਤਰ ਸੀ ਜ਼ਕਰੀਆ ਖਾਨ, ਉਦੋਂ ਜਵਾਨੀ ਵਿੱਚ ਸੀਗਾ ਜ਼ਕਰੀਆ। ਗੁਰੂ ਗੋਬਿੰਦ ਸਿੰਘ ਦੇ ਸਮੇਂ ਸਰਬੁਲੰਦ ਖਾਨ ਤੋਂ ਪਹਿਲਾਂ ਜ਼ੇਰਦਸਤ ਖਾਨ ਸੂਬਾ ਸੀ ਲਾਹੌਰ ਦਾ। ਇਹ ਜਿਹੜੇ ਖਾਨਦਾਨੀ ਨਵਾਬ ਸਨ, ਅਤੇ ਉਸੇ ਤਰ੍ਹਾਂ ਹੀ ਸ਼ਾਹ ਨਿਵਾਜ ਖਾਨ ਆਪਣੇ ਆਪ ਨੂੰ ਪੰਜਾਬ ਦਾ ਨਵਾਬ ਸੂਬੇਦਾਰ ਕਹਾਉਣ ਲੱਗਾ। ਸੋ ਪੀ ਲਾਗਿਓ ਸਿੰਘਣ ਮਾਰਨ, ਜਿਵੇਂ ਉਹਦੇ ਪਿਓ ਦਾਦੇ ਸਿੰਘਾਂ ਦੇ ਵੈਰੀ ਸਨ, ਸ਼ਾਹ ਨਿਵਾਜ ਖਾਨ ਵੀ ਉਵੇਂ ਹੀ ਆਪਣੇ ਪਿਓ ਦਾਦਿਆਂ ਦੇ ਕਦਮ 'ਤੇ ਚੱਲਦਾ ਹੋਇਆ
ਸਿੰਘਾਂ ਨੂੰ ਮਾਰਨ ਲੱਗਾ। ਐਸੋ ਪਯੋ ਸਮੇਂ ਕੋ ਕਾਰਨ, ਇਹੋ ਜਿਹਾ ਉਹ ਸਮਾਂ ਸੀ ਸਾਧ ਸੰਗਤ ਜੀ, ਇਹ ਸਮੇਂ ਦਾ ਕਾਰਨ ਬਣ ਜਾਂਦਾ, ਪਰਮੇਸ਼ਰ ਦਾ ਭਾਣਾ ਹੁੰਦਾ। ਸਿੰਘਾਂ ਦੀਆਂ ਜੇ ਸ਼ਹਾਦਤਾਂ ਹੋਣੀਆਂ ਸਨ, ਸਿੰਘਾਂ ਦੀਆਂ ਸ਼ਹਾਦਤਾਂ ਨੇ ਹੀ ਰੰਗ ਲਿਆਉਣਾ ਸੀ ਪੰਜਾਬ ਦੇ ਉੱਤੇ, ਨਹੀਂ ਤਾਂ ਪੰਜਾਬ ਤਾਂ ਸਦੀਆਂ ਤੋਂ ਗੁਲਾਮ ਸੀਗਾ। ਪੰਜਾਬ ਦੇ ਮਾਲਕ ਖਾਲਸੇ ਨੇ ਬਣਨਾ ਸੀ। ਇਹ ਗੁਰੂ ਸਾਹਿਬ ਗਲਗੀਧਰ ਪਾਤਸ਼ਾਹ ਦਾ ਬਚਨ ਸੀ ਕਿ ਮੇਰੇ ਖਾਲਸੇ ਦਾ ਸਾਰੀ ਦੁਨੀਆ 'ਤੇ ਰਾਜ ਹੋਵੇ। ਅਤੇ ਜਦੋਂ ਮਹਾਰਾਜ ਦਮਦਮੇ ਸਾਹਿਬ ਤੋਂ ਚੱਲੇ ਨਾ ਦੱਖਣ ਹਜ਼ੂਰ ਸਾਹਿਬ ਨੂੰ, ਅਤੇ ਡੱਲੇ ਨੂੰ ਕਹਿੰਦੇ ਡੱਲਿਆ, ਹੋਰ ਵੀ ਸਾਰੇ ਸਿੰਘਾਂ ਨੂੰ ਮਹਾਰਾਜ ਨੇ ਕਿਹਾ ਸੀ, ਸਿੰਘੋ ਸਾਡੇ ਨਾਲ ਚੱਲੋ, ਦਿੱਲੀ ਜਾਣਾ, ਔਰੰਗਜ਼ੇਬ ਨੇ ਮਰ ਜਾਣਾ ਅਤੇ ਰਾਜ ਤੁਹਾਨੂੰ ਦਿਆਂਗੇ। ਡੱਲਿਆ, ਤੈਨੂੰ ਹਿੰਦੁਸਤਾਨ ਦਾ ਰਾਜ ਲੈ ਦਿਆਂਗੇ। ਡੱਲੇ ਨੂੰ ਵਿਸ਼ਵਾਸ ਨਾ ਆਇਆ, ਮਹਾਰਾਜ ਮਜ਼ਾਕ ਕਰਦੇ ਨੇ, ਮਹਾਰਾਜ ਐਵੇਂ ਹੀ ਗੱਲਾਂ ਕਰੀ ਜਾਂਦੇ ਆ, ਰਾਜ ਤਾਂ ਪਹਿਲਾਂ ਦਿੱਲੀ ਦਾ ਮੈਨੂੰ ਕਿੱਥੇ ਮਿਲ ਚੱਲਿਆ, ਵਿਸ਼ਵਾਸ ਨਾ ਆਇਆ। ਮਹਾਰਾਜ ਕਹਿੰਦੇ ਦਿੱਲੀ ਦਾ ਰਾਜ ਲੈ ਦਈਏ। ਡੱਲਾ ਕਹਿੰਦਾ ਮਹਾਰਾਜ ਮੈਨੂੰ ਤਾਂ ਆਹ ਤੁਹਾਡੀ ਤਲਵੰਡੀ ਸਾਬੋ, ਇਹੀ ਮੇਰੇ ਵਾਸਤੇ ਕਹਿੰਦਾ ਦਿੱਲੀ ਹੈ। ਮਹਾਰਾਜ ਕਹਿੰਦੇ ਨਹੀਂ, ਉਹ ਵਚਨ ਮੰਨੀ ਦਾ ਹੁੰਦਾ। ਤਿੰਨ ਵਾਰੀ ਮਹਾਰਾਜ ਨੇ ਆਖਿਆ, ਉਹਨੇ ਤਿੰਨੇ ਵਾਰੀ ਵਚਨ ਮੋੜ ਦਿੱਤਾ। ਕਈ ਸਿੰਘਾਂ ਨੂੰ ਮਹਾਰਾਜ ਨੇ ਆਖਿਆ ਚਲੋ ਤੁਹਾਨੂੰ ਦਿੱਲੀ ਦਾ ਰਾਜ ਲੈ ਦਈਏ, ਅਤੇ ਸਿੰਘ ਕਹਿੰਦੇ ਨਹੀਂ ਸਾਨੂੰ ਪੰਜਾਬ ਦਾ ਰਾਜ ਲੈ ਕੇ ਦਿਓ। ਇਹ ਕਥਾ ਪੰਥ ਪ੍ਰਕਾਸ਼ ਪਿੱਛੇ ਵੀ ਆਈ ਹੋਈ ਹੈ। ਮਹਾਰਾਜ ਕਹਿੰਦੇ ਚਲੋ ਤੁਹਾਨੂੰ ਦਿੱਲੀ ਦਾ ਲੈ ਦਈਏ, ਬਾਹਰਲੇ ਮੁਲਕਾਂ ਦਾ ਰਾਜ ਲੈ ਦਈਏ। ਸਿੰਘ ਮੁੜ ਮੁੜ ਮੰਗੇ ਪੰਜਾਬ, ਸਿੰਘ ਮੁੜ ਮੁੜ ਪੰਜਾਬ ਮੰਗਦੇ। ਮਹਾਰਾਜ ਨੇ ਪੁੱਛਿਆ, ਤੁਸੀਂ ਸਾਰੇ ਮੁੜ ਮੁੜ ਕੇ ਪੰਜਾਬ ਦਾ ਰਾਜ ਕਿਉਂ ਮੰਗਦੇ ਹੋ? ਕਹਿੰਦੇ ਜੀ ਅਸੀਂ ਨਾ ਆਪਣੇ ਸ਼ਰੀਕਾਂ ਨੂੰ ਘੋੜੇ 'ਤੇ ਚੜ੍ਹ ਕੇ ਦਿਖਾਇਆ ਕਰਾਂਗੇ ਵੀ ਅਸੀਂ ਸਰਦਾਰ ਬਣ ਗਏ ਹਾਂ। ਮਹਾਰਾਜ ਕਹਿੰਦੇ ਬਸ ਤੁਸੀਂ ਪੰਜਾਬ ਜੋਗੇ ਹੀ ਰਹਿਣਾ, ਅਸੀਂ ਤੁਹਾਨੂੰ ਸਾਰੀ ਦੁਨੀਆ ਦਾ ਰਾਜ ਦਵਾਉਣਾ ਚਾਹੁੰਦੇ ਹਾਂ, ਚਲੋ ਪੰਜਾਬ 'ਤੇ ਤੁਹਾਡਾ ਰਾਜ ਹੋਵੇਗਾ, ਬਾਕੀ ਵੀ ਸੰਸਾਰ 'ਤੇ ਹੋਵੇਗਾ। ਸਾਧ ਸੰਗਤ ਜੀ, ਸਮਾਂ ਉਹ ਆਉਣਾ ਸੀਗਾ, ਉਹਦੀ ਵਿੱਧ ਬਣਨੀ ਸੀ। ਆਮ ਤੌਰ 'ਤੇ ਜੇ ਆਪਾਂ ਕਹੀਏ ਵੀ ਕਿਸੇ ਨੂੰ ਰਾਜ ਦੇ ਦੇ, ਰਾਜ ਦੇ ਥੋੜ੍ਹਾ ਰਾਜ ਦਿੰਦਾ, ਉਹ ਕਿਸੇ ਕੋ ਰਾਜ ਨਾ ਦਹਿ ਜੋ ਲਹਿ, ਨਿੱਜ ਬਲ ਸੋ ਲੈ ਡੰਡੇ ਨਾਲ ਹੀ ਲੈ ਜਾਂਦਾ, ਰਾਜ ਤਾਂ ਖੋਇਆ ਜਾਂਦਾ। ਐਵੇਂ ਤਾਂ ਕੋਈ ਕਿਸੇ ਨੂੰ ਰਾਜ ਦਿੰਦਾ ਨਹੀਂ। ਤੋ ਤੁਰਕਾਂ ਨੇ ਜ਼ੁਲਮ ਕਰਨੇ ਸਨ, ਸਿੰਘਾਂ ਨੇ ਰਾਜ ਖੋਣਾ ਸੀ। ਉਹ ਸਮਾਂ ਬਣ ਗਿਆ, ਕਾਰਨ ਬਣ ਗਿਆ। ਕਵੀ ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਲਖਪਤ ਜਸਪਤ ਪੈ ਦੀਵਾਨ, ਸ਼ਾਹ ਨਵਾਜ਼ ਖਾਨ ਦੇ ਦੋ ਦੀਵਾਨ ਬਣ ਗਏ। ਇੱਕ ਦਾ ਨਾਂ ਸੀ ਲਖਪਤ ਰਾਏ, ਇੱਕ ਦਾ ਨਾਂ ਸੀ ਜਸਪਤ ਰਾਏ। ਇਹ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਲਾਨੌਰ ਹੈ, ਕਲਾਨੌਰ ਦੇ ਰਹਿਣ ਵਾਲੇ ਸਨ, ਖੱਤਰੀ ਪਰਿਵਾਰ ਵਿੱਚੋਂ ਸਨ। ਕਲਾਨੌਰ ਕੇ ਖੱਤਰੀ ਜਾਣ, ਕਲਾਨੌਰ ਦੇ ਖੱਤਰੀ ਸਨ। ਇੱਕ ਦਾ ਨਾਂ ਸੀ ਲਖਪਤ ਰਾਏ, ਇੱਕ ਦਾ ਨਾਂ ਸੀ ਜਸਪਤ ਰਾਏ। ਲਖਪਤ ਰਾਏ ਨੂੰ ਆਪਾਂ ਲੱਖੂ ਕਹਾਂਗੇ ਅੱਗੇ, ਲੱਖੂ ਆਏਗਾ ਬਾਰ ਬਾਰ, ਲੱਖੂ ਲਖਪਤ ਰਾਏ ਵਾਸਤੇ ਅਤੇ ਜੱਸੂ ਜਸਪਤ ਰਾਏ ਵਾਸਤੇ। ਇਹ ਦੋ ਭਰਾ ਸਨ ਕਲਾਨੌਰ ਦੇ ਰਹਿਣ ਵਾਲੇ, ਤੇ ਪੀ ਸਿੰਘਨ ਮਾਰਨ ਡਹਿ, ਇਹ ਦੋਵੇਂ ਸਿੰਘਾਂ ਦੇ ਵੈਰੀ ਬਣ ਗਏ, ਸਿੰਘਾਂ ਨੂੰ ਮਾਰਨ ਲੱਗ ਪਏ। ਸਿੰਘਾਂ ਦੀ ਜਿੱਥੇ ਵੀ ਇਹਨਾਂ ਨੂੰ ਸੂਹ ਮਿਲਦੀ ਸੀ ਉੱਥੇ ਫੌਜ ਭੇਜ ਦਿੰਦੇ ਸੀ, ਸਿੰਘਾਂ ਨੂੰ ਸ਼ਹੀਦ ਕਰਵਾ ਦਿੰਦੇ ਸੀ। ਹੁਣ ਸਿਉਂ ਖਾਲਸੋ ਲਰਮਰ ਗਹਿ, ਰੋਜ਼ ਸਿੰਘਾਂ ਦਾ ਜਸਪਤ ਰਾਏ ਅਤੇ ਲਖਪਤ ਰਾਏ ਦੀਆਂ ਫੌਜਾਂ ਨਾਲ ਟਾਕਰਾ ਹੋਣ ਲੱਗ ਪਿਆ। ਉਦੋਂ ਸਿੰਘ ਜੰਗਲਾਂ 'ਚ ਰਹਿੰਦੇ ਸਨ, ਪਿੰਡਾਂ ਵਿੱਚ ਕਦੀ ਕਦਾਈ ਵਿਚਾਰੇ ਰਾਤ ਨੂੰ ਆਉਣਾ, ਅੱਧੀ ਰਾਤ ਨੂੰ ਸਿੰਘਾਂ ਨੇ ਆਉਣਾ
ਆਪਣੇ ਬਾਲ ਬੱਚਿਆਂ ਨੂੰ ਮਿਲ ਕੇ ਅਤੇ ਫਿਰ ਦਿਨ ਚੜ੍ਹਦੇ ਤੋਂ ਪਹਿਲਾਂ ਜਾਣਾ ਪੈਂਦਾ ਸੀ। ਜੇ ਕਿ ਦਿਨੇ ਪਤਾ ਲੱਗ ਜਾਵੇ ਵੀ ਇੱਥੇ ਸਿੰਘ ਫਿਰਦਾ ਅਤੇ ਉਹ ਫੌਜ ਫੜ ਲੈਂਦੀ ਸੀ ਆ ਕੇ। ਉਦੋਂ ਮਾਈਆਂ ਨੇ ਗੀਤ ਬਣਾਇਆ ਹੋਇਆ ਸੀ, ਘੋੜਾ ਤੇਰਾ ਵੇ ਸਿੰਘਾ ਡੇਢ ਹਜ਼ਾਰ ਦਾ, ਪੁਰਾਣੇ ਲੋਕ ਗੀਤ ਨੇ ਮਾਈਆਂ ਗਾਉਂਦੀਆਂ, ਘੋੜਾ ਸਿੰਘਾ ਵੇ ਤੇਰਾ ਡੇਢ ਹਜ਼ਾਰ ਦਾ, ਰਾਤੇ ਦਾ ਆਉਣਾ ਤੇਰਾ ਸਵੇਰੇ ਦਾ ਜਾਵਣਾ। ਇੱਦਾਂ ਹੋਰ ਬੜੀਆਂ ਲੰਮੀਆਂ ਹਿੱਕਾਂ ਲਾ ਕੇ ਮਾਈਆਂ ਗਾਉਂਦੀਆਂ, ਕਿਉਂਕਿ ਸਿੰਘ ਵਿਚਾਰੇ ਰਾਤ ਨੂੰ ਹੀ ਘਰ ਆਉਂਦੇ ਸਨ ਅਤੇ ਉਹ ਵੀ ਜ਼ਰੂਰੀ ਨਹੀਂ ਵੀ ਰੋਜ਼ ਆਉਂਦੇ ਸਨ। ਜਦੋਂ ਕਿਤੇ ਦਾ ਲੱਗਦਾ ਸੀ ਤਾਂ ਆਪਣੇ ਪਰਿਵਾਰ ਨੂੰ ਮਹੀਨੇ ਦੋ ਮਹੀਨੇ ਬਾਅਦ ਕਦੀ ਮਿਲਣ ਆਉਂਦੇ ਸੀ। ਲਖਪਤ ਰਾਏ ਦੀ ਫੌਜ ਸਿੰਘਾਂ ਨੂੰ ਲੱਭਦੀ ਫਿਰਦੀ ਸੀ, ਜਸਪਤ ਰਾਏ ਦੀ ਫੌਜ ਸਿੰਘਾਂ ਦਾ ਪਿੱਛਾ ਕਰਦੀ ਸੀ। ਫਿਰ ਸਿੰਘ ਜਥੇ ਬਣਾ ਲੈਂਦੇ ਸਨ, ਪੰਜ ਪੰਜ ਸੌ ਹਜ਼ਾਰ ਹਜ਼ਾਰ ਸਿੰਘਾਂ ਦੇ ਦਲ ਫਿਰਦੇ ਸਨ, ਬੁੱਢਾ ਦਲ, ਤਰਨਾ ਦਲ। ਉਹ ਫਿਰ ਜਿੱਥੇ ਸਿੰਘਾਂ ਦੇ ਜਲਾਂ ਦੇ ਟਾਕਰੇ ਹੋ ਜਾਂਦੇ ਸੀ ਤੁਰਕਾਂ ਨਾਲ, ਫੌਜ ਨਾਲ, ਉਹ ਕਈ ਵਾਰੀ ਸਿੰਘ ਸ਼ਹੀਦ ਹੋ ਜਾਂਦੇ ਸੀ, ਕਈ ਵਾਰੀ ਤੁਰਕ ਮਾਰੇ ਜਾਂਦੇ ਸੀ। ਹਾਂਜੀ, ਸਿੱਖ ਵੀ ਰੱਖੇ ਪਤਸ਼ਾਹੀ ਦਾਵਾ, ਕਿਉਂਕਿ ਸਿੱਖਾਂ ਕੋਲ ਵੀ ਇੱਕ ਦਾਵਾ ਸੀ ਕਿ ਅਸੀਂ ਰਾਜ ਕਰਨਾ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਇਹ ਨਾਰਾ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਸਿੱਖ ਰੋਜ਼ ਬੁਲਾਉਂਦੇ ਆ ਰਹੇ ਸਨ, ਮਾਰੇ ਤੁਰਕਣਾ ਕਰਕੇ ਦਾਵਾ। ਸਿੰਘ ਪਾਤਸ਼ਾਹੀ ਦਾਵਾ ਛੱਡਦੇ ਨਹੀਂ ਸਨ। ਸਰਕਾਰ ਕਹਿੰਦੀ ਸੀ ਵੀ ਤੁਸੀਂ ਜੇ ਰਹਿਣਾ ਤਾਂ ਇਹ ਨਾਰਾ ਜਵੰਦ ਕਰ ਦਿਓ, ਰਾਜ ਕਰੇਗਾ ਖਾਲਸਾ, ਇਹ ਨਾਰਾ ਨਾਲ ਬੁਲਾਇਆ ਕਰੋ। ਅਤੇ ਸਿੰਘ ਕਹਿੰਦੇ ਸੀ ਵੀ ਅਸੀਂ ਇਹ ਨਾਰਾ ਛੱਡਣਾ ਨਹੀਂ। ਅਤੇ ਰੋਜ਼ ਤੁਰਕਾਂ ਨਾਲ ਸਿੰਘਾਂ ਦੀ ਕਿਤੇ ਨਾ ਕਿਤੇ ਖੈਬੜਬਾਜ਼ੀ ਹੁੰਦੀ ਸੀ। ਜੈ ਸਿੰਘਨ ਕੋ ਸੁਣੇ ਸੋ ਡੇਰਾ, ਜਸਪਤ ਰਾਏ ਨੂੰ ਜਾਂ ਲਖਪਤ ਰਾਏ ਨੂੰ ਜਾਂ ਉਹਨਾਂ ਦੀ ਫੌਜਾਂ ਨੂੰ ਪਤਾ ਲੱਗ ਜਾਵੇ ਸਹੀ ਵੀ ਫਲਾਣੇ ਪਿੰਡ ਸਿੰਘਾਂ ਦੀ ਛਾਉਣੀ ਪਈ ਹੈ, ਸਿੰਘ ਆਏ ਨੇ, ਉੱਥੇ ਹੀ ਫੌਜ ਭੇਜ ਦਿੰਦੇ ਸਨ। ਤੁਰਕ ਫੌਜ ਜਾ ਪਾਵੇ ਘੇਰਾ, ਸਿੰਘਾਂ ਨੂੰ ਤੁਰਕਾਂ ਦੀ ਫੌਜ ਘੇਰਾ ਪਾ ਲੈਂਦੀ ਸੀ। ਕਿਤੇ ਵਿਚਾਰੇ ਸਿੱਖ ਰੋਟੀ ਵੀ ਨਹੀਂ ਸੀ ਪਕਾ ਕੇ ਖਾ ਸਕਦੇ, ਕਈ ਵਾਰੀ ਲੰਗਰ ਪੱਕਿਆ ਪਕਾਇਆ ਵਿੱਚ ਛੱਡ ਕੇ ਦੌੜਨਾ ਪੈਂਦਾ ਸੀ, ਜੰਗ ਦੇ ਮੈਦਾਨ ਵਿੱਚ ਜਾਣਾ ਪੈਂਦਾ ਸੀ। ਦੋਹਰਾ ਲੜੈ ਮਰੈ ਸਿੰਘ ਨੱਠ ਤੁਰੈ, ਕਹਿੰਦੇ ਕਈ ਵਾਰੀ ਲੜੈ ਮਰੈ ਸਿੰਘ ਨੱਠ ਤੁਰੈ, ਲੜਨਾ ਮਰਨਾ ਨੱਠਣਾ ਦੌੜਨਾ ਭੱਜਣਾ ਦਿਨ ਰਾਤ ਇਹ ਕੰਮ ਸੀਗਾ। ਭਾਈ ਗਿਆਨੀ ਗਿਆਨ ਸਿੰਘ ਨੇ ਲਿਖਿਆ ਨਾ, ਉਹ ਕਹਿੰਦਾ ਅੱਧੀ ਮੌਤ ਮੁਸਾਫਰੀ, ਅੱਧੀ ਮੌਤ ਮੁਸਾਫਰੀ ਅਤੇ ਪੂਰੀ ਮੌਤ ਹੈ ਭੁੱਖ। ਕਿਸੇ ਬੰਦੇ ਨੂੰ ਹਰ ਵੇਲੇ ਸਫ਼ਰ 'ਚ ਰਹਿਣਾ ਪਏ, ਅੱਧੀ ਮੌਤ ਹੈ ਅਤੇ ਪੂਰੀ ਮੌਤ ਕੀ ਹੈ, ਰੋਟੀ ਨਾ ਮਿਲੇ। ਅੱਧੀ ਮੌਤ ਮੁਸਾਫਰੀ ਪੂਰੀ ਮੌਤ ਹੈ ਭੁੱਖ, ਉਹ ਸਿੰਘਣ ਕੋ ਦੋਨੋਂ ਮਿਲੀ, ਦਿਨ ਕੋ ਕਹਾਂ ਹੈ ਸੁੱਖ। ਕਿੱਥੇ ਸਿੰਘ ਆਰਾਮ ਨਾਲ ਰਹਿ ਸਕਦੇ ਸਨ, ਜਿਹੜੇ ਵੀ ਪਿੰਡ ਜਾਣਾ ਉੱਥੇ ਹੀ ਤੁਰਕਾਂ ਦੀ ਫੌਜ ਨੇ ਪਿੱਛਾ ਕਰਨਾ। ਵਿਚਾਰੇ ਸਿੱਖ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਕਿਤੇ ਟਿੱਕ ਕੇ ਬਹਿਣਾ ਮਿਲਦਾ ਨਹੀਂ ਸੀ ਸਿੱਖਾਂ ਨੂੰ। ਤੁਰ ਨੱਟ ਫੇਰ ਮੁੜ ਪਾਹੇ, ਕਦੀ ਦੌੜਨਾ ਕਦੀ ਰੁਕ ਜਾਣਾ, ਕਦੀ ਲੜਨਾ ਕਦੀ ਮਰਨਾ ਕਦੀ ਮਾਰਨਾ, ਕਦੀ ਜੰਗਲਾਂ 'ਚ ਰਾਤਾਂ ਕੱਟਣੀਆਂ, ਕਦੀ ਭੁੱਖੇ ਅਤੇ ਆਏ ਅਤੇ ਤਨ 'ਤੇ ਕੱਪੜਾ ਵੀ ਨਹੀਂ ਸੀ ਲੱਭਿਆ ਕਰਦਾ। ਮਾਰ ਭਜੇ ਸਿੰਘ ਜੈ ਛਪੈ ਗੱਲੇ ਤੁਰਕ ਅਕਾਹੇ, ਸਿੰਘ ਮਾਰ ਕੇ ਦੁਸ਼ਮਣਾਂ ਨੂੰ ਭੱਜ ਕੇ ਜੰਗਲਾਂ 'ਚ ਵੜਦੇ ਸੀ, ਪਰ ਤੁਰਕ ਪਿੱਛੇ ਹੀ ਪੈ ਜਾਂਦੇ ਸੀ। ਤੁਰਕ ਦੀ ਫੌਜ, ਉਹਨਾਂ ਨੂੰ ਤਨਖਾਹਾਂ ਮਿਲਦੀਆਂ ਸਨ, ਉਹਨਾਂ ਕੋਲ ਘੋੜੇ ਵੀ ਚੰਗੇ ਸਨ, ਉਹਨਾਂ ਕੋਲ ਅਸਲਾ ਵੀ ਚੰਗਾ ਸੀ, ਉਹਨਾਂ ਕੋਲ ਰਾਸ਼ਨ ਪਾਣੀ ਵੀ ਖੁੱਲ੍ਹਾ ਸੀ,
ਤੇ ਸਿੰਘ ਵਿਚਾਰੇ ਕਿੱਥੇ ਜਾ ਕੇ ਲੁਕਦੇ, ਜਿੱਥੇ ਲੁਕਦੇ ਉੱਥੇ ਹੀ ਸੁਰਖ ਫੌਜ ਪਿੱਛੇ ਪਹੁੰਚ ਜਾਂਦੀ। ਓ ਭਾਈ ਅੱਕ ਪੱਕ ਸਿੰਘ ਦਿਨ ਸੋ ਗੁਜ਼ਾਰੇ, ਅੱਕ ਪੱਕ ਕੇ ਸਿੰਘ ਵਿਚਾਰੇ ਦੁਖੀ ਹੋ ਕੇ ਦਿਨ ਗੁਜ਼ਾਰਦੇ ਸਨ। ਖੂਹਾਂ ਤੇ ਫਿਰ ਆ ਕੇ ਸਿਧਾਰੇ, ਜੰਗਲ ਚ ਇੱਕ ਜਗ੍ਹਾ ਤੇ ਡੇਰਾ ਕੀਤਾ, ਘੜੀ ਕਦੇ ਘੋੜਿਆਂ ਨੂੰ ਪਾਣੀ ਪਿਆਉਂਦੇ, ਲੰਗਰ ਪਾਣੀ ਬਣਾਉਣ ਦੀ ਤਿਆਰੀ ਕਰਦੇ, ਇੰਨੇ ਨੂੰ ਫੌਜ ਆ ਜਾਂਦੀ। ਉਹ ਅੱਧਾ ਕਈ ਵਾਰੀ ਆਟਾ ਗੁੰਨਿਆ ਹੀ ਚੁੱਕਣਾ ਪੈਂਦਾ, ਨਾਲ ਰੋਟੀ ਪਕਾਉਣੀ ਵੀ ਨਾ ਮਿਲਦੀ। ਅਤੇ ਇਸ ਤਰ੍ਹਾਂ ਸਿੰਘ ਵਿਚਾਰੇ ਅੱਕ ਕੇ ਜੰਗਲਾਂ 'ਚ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਦੌੜੇ ਫਿਰਦੇ ਸਨ। ਕਰਨ ਪਾਸਾਈ ਆਸਾ ਤਾਰੇ, ਪਰ ਇੱਕ ਟੇਕ ਸੀ ਕਿ ਕਲਗੀਆਂ ਵਾਲੇ ਸਾਡੇ ਨਾਲ ਹਨ, ਧੰਨ ਗੁਰੂ ਗੋਬਿੰਦ ਸਿੰਘ ਸਾਡੇ ਅੰਗ ਸੰਗ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਬਸ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਗੁਰੂ ਨੇ ਕਿਹਾ ਹੈ ਰਾਜ ਸਾਡਾ ਹੋਣਾ ਹੀ ਹੋਣਾ, ਇਹ ਆਸ ਲਾ ਕੇ ਤੁਰੇ ਫਿਰਦੇ ਸੀਗੇ। ਭਾਵੇਂ ਦੁੱਖ ਸੋ ਸੁੱਖ ਵਿਚਾਰੇ, ਉਹ ਸਿੰਘ ਦੁੱਖ ਤੇ ਸੁੱਖ ਨੂੰ ਇੱਕੋ ਜਿਹਾ ਮੰਨਦੇ ਸਨ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹਾ ਰੁਪਏ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਦੁੱਖ ਨੂੰ ਵੀ ਸੁੱਖ ਸਮਝਦੇ ਸਨ। ਬਚਨ ਗੁਰੂ ਹਮ ਸਾਚ ਵੀ ਹੋ ਹੈ, ਇੱਕ ਗੱਲ ਕਹਿੰਦੇ ਸੀ, ਉਹ ਕਹਿੰਦੇ ਸਾਡੇ ਗੁਰੂ ਦੇ ਬਚਨ ਸੱਚੇ ਹੋਣੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਸਨਾ ਤੋਂ ਜਿਹੜਾ ਬਚਨ ਨਿਕਲਿਆ ਹੈ, ਜੋ ਗੁਰੂ ਨਾਨਕ ਦੇਵ ਜੀ ਨੇ ਕਾਜੀ ਰੁਕਨਦੀਨ ਨੂੰ ਕਿਹਾ ਸੀ ਮੱਕੇ ਵਿੱਚ, ਸੁਣੋ ਕਾਜੀ ਰੁਕਨਦੀਨ ਸਿੰਘ ਕਰੇਂਗੇ ਰਾਜ, ਮਲੇਸ਼ ਸਿੱਖ ਸਭ ਨਿਵੇਂਗੇ ਪੀਰ ਮੁਰੀਦ ਸਾਹਿਬ। ਮਹਾਰਾਜ ਨੇ 250 ਸਾਲ 300 ਸਾਲ ਪਹਿਲਾਂ ਹੀ ਦੱਸਤਾ ਸੀ ਗੁਰੂ ਨਾਨਕ ਸਾਹਿਬ ਨੇ ਕਿ ਖਾਲਸੇ ਦਾ ਮੇਰੇ ਸਿੰਘਾਂ ਦਾ ਰਾਜ ਹੋਵੇਗਾ। 10ਵੇਂ ਜਾਮੇ 'ਚ ਮਹਾਰਾਜ ਨੇ ਫਿਰ ਮੋਹਰ ਲਾ ਤੀ। ਸੋ ਸਿੰਘ ਕਹਿੰਦੇ ਸਾਡੇ ਗੁਰੂਆਂ ਦੇ ਬਚਨ ਹਨ, ਗੁਰੂ ਨਾਨਕ ਸਾਹਿਬ ਦੇ, ਗੁਰੂ ਗੋਬਿੰਦ ਸਿੰਘ ਜੀ ਦੇ, ਔਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ ਹੈ, ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ, ਹਜ਼ਾਰਾਂ ਲੱਖਾਂ ਸਿੰਘ ਸ਼ਹੀਦ ਹੋ ਗਏ ਨੇ, ਉਹਨਾਂ ਦਾ ਖੂਨ ਡੁੱਲਿਆ ਐਵੇਂ ਤਾਂ ਜਾਣਾ ਨਹੀਂ, ਰਾਜ ਤਾਂ ਖਾਲਸੇ ਦਾ ਬਣਨਾ ਹੀ ਬਣਨਾ ਹੈ। ਹੰਨੇ ਹਮਨੇ ਸਾਡੀ ਸਾਡਾ ਰਾਜ ਹੋਣਾ ਹੈ। ਹੰਨਾ ਕੀ ਹੁੰਦਾ? ਉਹਦਾ ਘੋੜੇ ਦੀ ਕਾਠੀ ਦੇ ਅੱਗੇ ਉੱਤੇ ਹੁੰਦਾ ਨਾ, ਉਹਨੂੰ ਹੰਨਾ ਕਹਿੰਦੇ, ਜਿਹੜੇ ਇਹਨੂੰ ਫੜ ਕੇ ਜਦੋਂ ਘੋੜੇ 'ਤੇ ਬੈਠੇ ਹੋਏ ਨਾ, ਅਤੇ ਅਗਲੇ ਪਾਸੇ ਲੋਹੇ ਦਾ ਕੁੰਡਾ ਜਿਹਾ ਹੁੰਦਾ, ਉਹਨੂੰ ਫੜ ਕੇ ਸਵਾਰ ਬੈਠਾ ਹੁੰਦਾ। ਕਹਿੰਦੇ ਹੰਨੇ ਹੰਨੇ ਮੀਰੀ ਫਾਰਸੇ ਦੀ, ਜਿੱਥੇ ਘੋੜ ਸਵਾਰ ਹੈ। ਉਹਨੇ ਕਿਹਾ ਤੇਰਾ ਪਿੰਡ ਕਿਹੜਾ? ਕਹਿੰਦਾ ਘੋੜੇ ਦੀ ਕਾਠੀ, ਪਿੰਡ ਮੇਰਾ ਇਹੀ ਹੈ। ਰਾਜਧਾਨੀ ਕਿਹੜੀ? ਕਹਿੰਦਾ ਘੋੜੇ ਦੀ ਕਾਠੀ ਤਾਂ ਹੀ ਰਾਜਧਾਨੀ ਹੈ, ਜਿੱਥੇ ਕਛਹਿਰਾ ਉੱਥੇ ਸਿੰਘਾਂ ਦੀ ਰਾਜਧਾਨੀ ਹੈ, ਉੱਥੇ ਇਸ਼ਨਾਨ ਕਰ ਲਿਆ ਅਤੇ ਬਸ ਇਹ ਖਾਲਸੇ ਦੀ ਰਾਜਧਾਨੀ। ਸੋ ਇਹ ਸਿੰਘਾਂ ਦਾ ਉਸ ਵੇਲੇ ਦਾ ਵਰਤਾਰਾ ਸੀਗਾ। ਕਹੂ ਸਿੰਘ ਕਾਨਨ ਮੈਂ ਬਹਿ, ਕਈ ਸਿੰਘ ਜੰਗਲਾਂ 'ਚ ਰਹਿੰਦੇ ਸਨ, ਦਿਨ ਰਾਤ ਜੰਗਲਾਂ ਵਿੱਚ ਹੀ ਗੁਜ਼ਾਰਾ ਕਰਦੇ ਸਨ। ਸ਼ੇਰ ਬਗਿਆੜ ਖੰਡਨ ਮੈਂ ਰਹਿ, ਸ਼ੇਰਾਂ ਅਤੇ ਬਗਿਆੜਾਂ ਦੀਆਂ ਖੱਡਾਂ 'ਚ ਲੁੱਕ ਕੇ ਟਾਈਮ ਕੱਟਣਾ ਪੈਂਦਾ ਸੀ। ਪਿੱਛੇ ਕਥਾ ਆਈ ਨਾ, ਬਗਿਆੜਾਂ ਦੀ ਖੱਡ 'ਚ 3 ਸਿੰਘ ਲੁਕੇ ਸਨ, ਪਿੱਛੇ ਆ ਚੁੱਕੇ। ਉਹ ਪਿਛਲੇ ਸਾਲ ਆਪਾਂ ਜਦੋਂ ਕਥਾ ਕੀਤੀ ਸੀ, ਉਹ ਪੰਥ ਪ੍ਰਕਾਸ਼ ਆਪਾਂ ਸੁਣੀ ਸੀ ਕਿ 3 ਸਿੰਘ ਖੱਡਾਂ 'ਚ ਲੁਕੇ ਬਗਿਆੜ ਦੀ ਖੱਡ 'ਚ, ਅਤੇ ਦੁਸ਼ਮਣਾਂ ਨੇ ਆ ਕੇ ਘੇਰਾ ਪਾ ਲਿਆ। ਪਹਿਲਾਂ ਖੱਡ ਪੁੱਟਣ ਦੀ ਕੋਸ਼ਿਸ਼ ਕੀਤੀ, ਫਿਰ ਅੱਗ ਲਾਉਣ ਕੇ ਕੋਸ਼ਿਸ਼ ਕੀਤੀ, ਫਿਰ ਪਿੰਡਾਂ ਵਾਲਿਆਂ ਨੂੰ ਕਹਿਤਾ ਵੀ ਤੁਸੀਂ ਇੱਥੇ ਰਾਖੀ ਰੱਖੋ, ਅਸੀਂ ਰੋਟੀ ਪਾਣੀ ਖਾ ਕੇ ਆਉਂਦੇ ਹਾਂ। ਤੁਰਕ ਚਲੇ ਗਏ। ਪਿੰਡਾਂ ਵਾਲੇ ਸਿੰਘਾਂ ਨਾਲ ਥੋੜ੍ਹਾ ਜਿਹਾ ਰੱਖਦੇ ਸੀ ਪ੍ਰੇਮ, ਉਹਨਾਂ ਨੇ ਸਿੰਘਾਂ ਨੂੰ ਰਾਤ ਨੂੰ ਕੱਢ ਦਿੱਤਾ ਵੀ ਤੁਸੀਂ ਨਿਕਲ ਜਾਓ ਖੱਡ ਵਿੱਚੋਂ। ਅਤੇ ਬਾਅਦ ਵਿੱਚ ਉਹ ਸਿੰਘ ਉਹਨਾਂ ਸਿੰਘਾਂ 3 ਸਿੰਘਾਂ ਦੀ ਜਾਨ ਬਚੀ ਸੀ ਪੰਥ ਪ੍ਰਕਾਸ਼ ਕਰਨ। ਇੱਦਾਂ ਇੱਕ ਥੋੜ੍ਹਾ
ਕਈ ਥਾਵਾਂ ਤੇ ਹੁੰਦਾ ਸੀ, ਖੱਡਾਂ ਵਿੱਚ ਬਘਿਆੜਾਂ ਦੀਆਂ ਖੱਡਾਂ 'ਚ ਸਿੰਘ ਰਾਤਾਂ ਕੱਟਦੇ ਸਨ। ਕਉ ਦਰਿਆਓ ਬਰੇਤੀ ਰਹਿ, ਕਈ ਦਰਿਆਵਾਂ ਦੀ ਬਰੇਤੀ 'ਚ ਰਹਿੰਦੇ ਸੀ। ਬਰੇਤੀ ਕੀ ਹੁੰਦੀ ਹੈ? ਦਰਿਆ ਦੇ ਆਲੇ ਦੁਆਲੇ ਰੇਤਾ ਹੁੰਦਾ, ਅਤੇ ਕਈ ਜਗ੍ਹਾ 'ਤੇ ਕੀ ਹੁੰਦਾ ਵੀ ਦਰਿਆ ਪਾਟ ਕੇ ਦੋ ਪਾਸੇ ਹੋ ਜਾਂਦਾ, ਇੱਕ ਉਹਦੀ ਧਾਰਾ ਐਨ ਹੋ ਜਾਂਦੀ ਹੈ, ਇੱਕ ਐਨ ਹੋ ਜਾਂਦੀ, ਅੱਗੇ ਜਾ ਕੇ ਫਿਰ ਇਕੱਠੇ ਹੋ ਜਾਂਦੇ, ਉਹ ਵਿਚਕਾਰ ਇੱਕ ਟਿੱਬਾ ਜਿਹਾ ਬਣ ਜਾਂਦਾ। ਸਿੰਘ ਉੱਥੇ ਜਾ ਕੇ ਦਰਿਆਵਾਂ ਦੇ ਵਿਚਕਾਰ ਰੋਟੀ ਪਾਣੀ ਪਕਾ ਲੈਂਦੇ ਸੀ, ਕਿਉਂਕਿ ਉੱਥੇ ਜਿਹੜਾ ਦੁਸ਼ਮਣ ਆਵੇਗਾ ਦੋਵੇਂ ਪਾਸੇ ਪਾਣੀ 'ਚੋਂ ਲੰਘ ਕੇ ਆਏਗਾ, ਉਨੇ ਚਿਰ ਨੂੰ ਕਹਿੰਦੇ ਫਿਰ ਉਹਦਾ ਮੁਕਾਬਲਾ ਕਰ ਲਾਂਗੇ। ਉੱਥੇ ਕਾਨੇ ਜਿਹੇ ਹੁੰਦੇ ਸਨ, ਜਿਵੇਂ ਅਜੇ ਵੀ ਤੁਸੀਂ ਹਰੀ ਕੇ ਕਪੱਤਣ ਚਲੇ ਜਾਓ, ਦਰਿਆ ਸਤਲੁਜ ਬਿਆਸਾ ਇਕੱਠਾ ਹੁੰਦਾ, ਆਲੇ ਦੁਆਲੇ ਬੜਾ ਛੰਭ ਹੈ। ਇੱਦਾਂ ਦੇ ਦਰਿਆਵਾਂ ਦੇ ਜਿਹੜੇ ਕਾਨੇ ਹੁੰਦੇ ਸੀ, ਸਰਕੜੇ ਹੁੰਦੇ ਸੀ, ਉਹਨਾਂ 'ਚ ਲੁੱਕ ਕੇ ਅਤੇ ਸਿੰਘ ਉੱਥੇ ਰਹਿੰਦੇ ਸਨ। ਤੁਰਕ ਜਾਹੇ ਤਾਹੀਂ ਥਾਂ ਲਹਿ, ਪਰ ਤੁਰਕ ਵੀ ਬੜੇ ਢੀਠ ਸਨ, ਸਰਕਾਰੀ ਫੌਜ ਉੱਥੇ ਹੀ ਪਿੱਛੇ ਪਹੁੰਚ ਜਾਂਦੀ ਸੀ। ਸਰਕਾਰੀ ਫੌਜ ਕਹਿੰਦੀ ਸੀ ਵੀ ਸਿੱਖਾਂ ਦਾ ਨਾਮੋ ਨਿਸ਼ਾਨ ਖਤਮ ਕਰਨਾ, ਕੋਈ ਸਿੱਖ ਜਿਉਂਦਾ ਨਹੀਂ ਛੱਡਣਾ ਦੁਨੀਆਂ ਦੇ ਉੱਤੇ। ਦੋਹੋਂ ਔਰ ਜੈ ਹੋਵੇ ਨੀਰ, ਜਿੱਥੇ ਦੋਵੇਂ ਪਾਸੇ ਪਾਣੀ ਹੁੰਦਾ, ਦਰਿਆ ਵਗਦਾ ਦੇ ਵਿਚਕਾਰ ਉੱਚੀ ਥਾਂ ਹੁੰਦੀ ਹੈ। ਲੁਕੇ ਬਚਾਵੇ ਆਪਣਾ ਸਰੀਰ, ਸਿੰਘ ਉੱਥੇ ਲੁੱਕ ਕੇ ਛੰਭਾਂ ਜਿਹਾਂ ਦੇ ਵਿੱਚ ਕਾਨਿਆਂ ਦੇ ਵਿੱਚ ਬੈਠੇ ਰਹਿੰਦੇ ਸੀ। ਹੁਣ ਤੁਸੀਂ ਦੇਖੋ ਕਦੀ ਉੱਥੇ ਰਹਿਣਾ ਪੈ ਜੇ ਆਪਾਂ, ਥੱਲੇ ਸੱਪ ਫਿਰਦੇ ਹੋਣ, ਸਲਾਬਾ ਹੋਵੇ, ਖਾਣ ਨੂੰ ਰੋਟੀ ਨਾ ਹੋਵੇ, ਉੱਤੋਂ ਦੁਸ਼ਮਣ ਦਾ ਡਰ ਹੋਵੇ, ਰਾਤ ਨੂੰ ਮੱਛਰ ਵੱਢਦੇ ਹੋਣ, ਅਤੇ ਕੋਈ ਮੰਜਾ ਬਿਸਤਰਾ ਉੱਥੇ ਥੋੜ੍ਹਾ ਹੁੰਦਾ ਸੀਗਾ, ਉਹ ਤਾਂ ਇਵੇਂ ਹੀ ਸਿੰਘ ਵਿਚਾਰੇ ਆਪਣੇ ਘੋੜਿਆਂ ਦੇ ਉੱਤੇ ਬਹਿ ਬਹਿ ਕੇ ਟਾਈਮ ਕੱਟ ਲੈਂਦੇ ਸਨ। ਹਾਂਜੀ, ਤੁਰਕ ਫੌਜ ਸੌ ਚਹੁੰਦਲ ਵੱਲ ਰੁਕੈ, ਤੁਰਕਾਂ ਦੀ ਫੌਜ ਚਾਰੇ ਪਾਸਿਓਂ ਬਰੇਤੀ ਨੂੰ ਵੀ ਘੇਰਾ ਪਾ ਲੈਂਦੀ ਸੀ, ਛੰਭ ਨੂੰ ਵੀ ਘੇਰਾ ਪਾ ਲੈਂਦੀ ਸੀ। ਮਾਰ ਬੰਦੂਕਾਂ ਤਬ ਤਿੰਨ ਫੂਕੈ, ਉਹਨਾਂ ਛੰਭਾਂ ਦੇ ਵਿੱਚ ਤੁਰਕ ਗੋਲੀਆਂ ਮਾਰ ਮਾਰ ਕੇ ਸਿੰਘਾਂ ਨੂੰ ਵਿੱਚੇ ਮਾਰ ਦਿੰਦੇ ਸਨ, ਗੋਲੀਆਂ ਅੱਗ ਲਾ ਦਿੰਦੇ ਸਨ ਛੰਭਾਂ ਨੂੰ ਤੋਪਾਂ ਚਲਾ ਕੇ। ਹਾਂਜੀ, ਸਿੰਘ ਨੀਰ ਮੈਂ ਡੁੱਬ ਡੁੱਬ ਤਾਰੈ, ਉਹ ਵਿਚਾਰੇ ਸਿੰਘ ਫਿਰ ਜਦੋਂ ਗੋਲੀਆਂ ਪੈਣ ਲੱਗ ਜਾਂਦੀਆਂ ਸੀ, ਉਹ ਬਰੇਤੀ ਛੱਡ ਕੇ ਪਾਣੀ 'ਚ ਵੜਦੇ ਸੀ ਵੀ ਪਾਣੀ 'ਚ ਬਚਾਂਗੇ। ਹੁਣ ਪਾਣੀ ਦੇ ਵਿੱਚ ਕਿੰਨਾ ਕੁ ਬਚਾਅ ਹੁੰਦਾ, ਸਾਹ ਲੈਣ ਲਈ ਉੱਪਰ ਆਉਂਦੇ ਹੋ, ਫਿਰ ਗੋਲੀ ਮਾਰਦੇ ਹੋ, ਫਿਰ ਥੱਲੇ ਹੋ ਜਾਂਦੇ, ਕਈ ਵਿਚਾਰੇ ਡੁੱਬ ਕੇ ਸ਼ਹੀਦ ਹੋ ਜਾਂਦੇ ਨਦੀਆਂ ਦੇ ਵਿੱਚ। ਤੁਰਕ ਬੰਦੂਕਾਂ ਨਾ ਫੁੰਡਣ ਕਰੈ, ਤੁਰਕ ਬੰਦੂਕਾਂ ਬੜੀਆਂ ਲੰਮੀਆਂ ਦੇ ਨਾਲ ਦੂਰੋਂ ਮੀਲ ਮੀਲ ਤੋਂ ਗੋਲੀ ਮਾਰਦੇ ਸਨ। ਦੋਹਰਾ ਘਰ ਦੇ ਕੱਢੇ ਸੋ ਬਣ ਲੁਕੈ, ਬੰਤਨ ਨੀਰ ਲੁਕਾਏ, ਆਖੋ ਸਤਨਾਮ ਸ੍ਰੀ। ਇਹ ਸਾਡੇ ਬਜ਼ੁਰਗਾਂ ਦਾ ਸਾਧ ਸੰਗਤ ਜੀ, ਇਹ ਸਾਡਾ ਪੰਥ ਦਾ ਇਹ ਹਾਲ ਸੀਗਾ। ਕੀ ਹਾਲ ਸੀ? ਘਰ ਤੇ ਲੁਕੇ, ਘਰ ਤੇ ਕੱਢੇ ਸੋ ਬਣ ਲੁਕੇ, ਘਰ ਤੋਂ ਕੱਢੇ, ਸਰਕਾਰ ਨੇ ਘਰਾਂ 'ਚੋਂ ਕੱਢ ਦਿੱਤੇ, ਘਰ 'ਚ ਨਹੀਂ ਰਹਿਣ ਦਿੱਤੇ, ਵਿਚਾਰੇ ਜੰਗਲਾਂ 'ਚ ਲੁਕੇ, ਉਹ ਜੰਗਲਾਂ 'ਚੋਂ ਕੱਢੇ, ਉਹ ਪਾਣੀ 'ਚ ਲੁਕੇ, ਘਰ ਤੇ ਕੱਢੇ ਸੋ ਬੰਨ ਲੁਕੇ। ਇਹ ਦੋਹਰਾ ਸਾਨੂੰ ਕੰਠ ਹੋਣਾ ਚਾਹੀਦਾ ਕਿ ਸਾਡੇ ਬਜ਼ੁਰਗਾਂ ਦਾ ਕੀ ਵਿਰਸਾ ਸੀ, ਅਸੀਂ ਕਿਹਨਾਂ ਦੇ ਬੱਚੇ ਹਾਂ, ਕੌਣ ਸੀ ਸਾਡੇ ਮਾਲਕ, ਸਾਡੇ ਵੱਡੇ ਵਡੇਰੇ, ਘਰ ਤੋਂ ਕੱਢੇ, ਜੰਗਲਾਂ 'ਚ ਲੁਕੇ, ਉਹ ਸਰਕਾਰ ਨੇ ਜੰਗਲਾਂ 'ਚੋਂ ਵੀ ਕੱਢ ਦਿੱਤੇ, ਉਹ ਪਾਣੀ 'ਚ ਲੁਕੇ। ਜੇ ਪਾਣੀ 'ਚ ਲੁਕੇ ਹੁਣ ਅੱਗੇ ਕਿੱਥੇ ਜਾਣ, ਕੋਈ ਥਾਂ ਹੈ? ਹਾਂਜੀ, ਜਲ ਮੈਂ ਲੁਕੇ ਤੋਂ ਨਹਿ ਬਚੈ, ਕੋ ਸਿੰਕਤ ਜਾਹੇ, ਕਹਿੰਦੇ ਜੇ ਜਲ ਵਿੱਚ ਵੀ ਨਹੀਂ ਸਰਕਾਰ ਰਹਿਣ ਦਿੰਦੀ ਤੇ ਫਿਰ ਕਿੱਥੇ ਜਾਣ, ਕਹੋ ਸਿੰਘ ਕਤ ਜਾਹੇ, ਕਿੱਥੇ ਜਾਣ ਵਿਚਾਰੇ।
ਕੋਈ ਥਾਂ ਨਹੀਂ ਸੀ ਸਿੱਖਾਂ ਨੂੰ ਸਿਰ ਲੁਕਾਉਣ ਵਾਸਤੇ ਉਸ ਵੇਲੇ। ਚੌਪਈ ਪਰੇ ਨਿਸ਼ਾ ਛੂਟੈ ਸਿੰਘਣ ਪਿਆਲ। ਰਾਤ ਪੈਂਦੀ ਸੀ, ਤੁਰਕ ਥੱਕ ਕੇ ਕਿਤੇ ਰੋਟੀ ਪਾਣੀ ਖਾਣ ਨੂੰ ਬਹਿ ਜਾਂਦੇ ਸੀ ਤਾਂ ਮਾੜਾ ਜਿਹਾ ਸਿੰਘਾਂ ਨੂੰ ਰਾਤ ਦੇ ਘੰਟੇ ਦੋ ਘੰਟੇ ਸਾਹ ਹੁੰਦਾ ਸੀਗਾ। ਰਾਤ ਦੇ ਟਾਈਮ ਤੇ ਉਹ ਕਿਤੇ 10-20 ਮੀਲ ਅੱਗੇ ਲੰਘ ਜਾਂਦੇ ਸੀ ਤੁਰਕਾਂ ਕੋਲੋਂ ਬਚ ਕੇ ਹਨੇਰੇ ਦੇ ਵਿੱਚ। ਹਾਂਜੀ, ਤੁਰਕ ਰਲੈ ਮੁੜ ਡੇਰਨ ਨਾਲ। ਦਿਨ ਚੜ੍ਹਦੇ ਨੂੰ ਤੁਰਕ ਫਿਰ ਪਿੱਛੇ ਪਹੁੰਚ ਜਾਂਦੇ ਸੀ, ਖੋਜ ਕੱਢ ਲੈਂਦੇ ਸੀ। ਫਿਰ ਸਿੰਘਾਂ ਦਾ ਤਾਂ ਕੋਈ ਮਦਦਗਾਰ ਨਹੀਂ ਸੀ, ਸਰਕਾਰ ਦੇ ਸਾਰੇ ਹੀ ਸੀ। ਪਿੰਡਾਂ ਵਾਲੇ ਆਪ ਹੀ ਸੂਹ ਦਿੰਦੇ ਸੀ, ਇੱਥੋਂ ਲੰਘੇ ਆ ਸਿੰਘ ਜੀ, ਇੱਧਰ ਗਏ ਆ ਜੀ, ਇੱਧਰ ਗਏ ਆ। ਸਰਕਾਰ ਦੇ ਬੰਦੇ ਹਰ ਪਿੰਡ ਵਿੱਚ ਫਿਰਦੇ ਸੀ, ਸਿੰਘਾਂ ਵਿਚਾਰਿਆਂ ਦਾ ਕੌਣ ਸੀ, ਗੁਰੂ ਹੀ ਸੀ। ਹਾਂਜੀ, ਮੋਏ ਸਿੰਘ ਜੋ ਦੇਹ ਬਹਾਏ। ਜਿਹੜੇ ਸਿੰਘ ਸ਼ਹੀਦ ਹੋ ਜਾਂਦੇ ਸੀ ਉਹਨਾਂ ਦੇ ਸੰਸਕਾਰ ਕਰਨ ਦਾ ਵੀ ਟਾਈਮ ਨਹੀਂ ਸੀ ਮਿਲਦਾ, ਵੀ ਆਪਣੇ ਭਰਾਵਾਂ ਦੇ ਸਰੀਰ ਹੀ ਸੰਸਕਾਰ ਕਰਦੀ ਹੈ। ਨਦੀ 'ਚ ਰੋੜਨੇ ਪੈਂਦੇ ਸੀ, ਅਤੇ ਕਿਤੇ ਨਦੀਆਂ ਵੀ ਨਹੀਂ ਸੀ ਹੁੰਦੀਆਂ, ਸਰੀਰ ਪਏ ਰਹਿ ਜਾਂਦੇ ਸੀ, ਰੱਬ ਹੀ ਉਹਨਾਂ ਦੀ ਸੰਭਾਲ ਕਰਦਾ ਸੀ। ਹਾਂਜੀ, ਜੋ ਜ਼ਖਮੀ ਤੇ ਲੈ ਉਠਾਏ। ਜਿਹੜੇ ਸਿੰਘ ਜ਼ਖਮੀ ਹੁੰਦੇ ਸੀ ਉਹਨਾਂ ਨੂੰ ਘੋੜਿਆਂ 'ਤੇ ਗੱਡਿਆਂ 'ਤੇ ਲੱਦ ਕੇ ਨਾਲ ਦੌੜ ਪੈਂਦੇ ਸੀਗੇ, ਪਰ ਉਹਨਾਂ ਵਿਚਾਰਿਆਂ ਦਾ ਇਲਾਜ ਕਰਨ ਲਈ ਕੋਈ ਹਸਪਤਾਲ, ਕੋਈ ਦਵਾ ਦਾਰੂ ਉਸ ਵੇਲੇ ਹੈ ਨਹੀਂ ਸੀ। ਕਿਸੇ ਨਾ ਜਗ੍ਹਾ ਜਾਵੇ ਜਾਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਵਿਚਾਰੇ ਸਿੰਘਾਂ ਨੂੰ ਕੋਈ ਥਾਂ ਦਿਸਦੀ ਨਹੀਂ ਸੀ ਜਿੱਥੇ ਜਾਣ, ਕਿੱਥੇ ਜਾਣ ਉਹਨਾਂ ਬਿਮਾਰਾਂ ਨੂੰ, ਰੋਗੀਆਂ ਨੂੰ ਜਿਹਨਾਂ ਨੂੰ ਗੋਲੀਆਂ ਲੱਗੀਆਂ ਨੇ, ਜਿਹੜੇ ਮੰਜਿਆਂ 'ਤੇ ਪਏ ਨੇ ਭਰਾ ਆਪਣੇ, ਉਹਨਾਂ ਦਾ ਇਲਾਜ ਕਿੱਥੋਂ ਕਰਾਉਣਗੇ, ਉਹਨਾਂ ਨੂੰ ਕਿੱਥੇ ਜਾ ਕੇ ਉਹ ਉਹਨਾਂ ਨੂੰ ਬਚਾਉਣਗੇ, ਕੋਈ ਥਾਂ ਨਹੀਂ ਸੀ ਦਿਸਦੀ ਹੁੰਦੀ। ਐਸੀ ਠੋਰ ਨਾ ਜਹਾਂ ਬਚਾਹੀ। ਐਸੀ ਕੋਈ ਜਗ੍ਹਾ ਨਹੀਂ ਸੀ ਜਿੱਥੇ ਸਿੱਖਾਂ ਦਾ ਬਚਾਅ ਹੋ ਸਕੇ। ਪੰਜਾਬ ਦੇ ਵਿੱਚ ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣਿਆ ਹੋਇਆ ਸੀ। ਹਾਂਜੀ, ਕੋਈ ਕਹੇ ਖਿੰਡ ਇੱਕ ਗਹੋਵ, ਤੇ ਕਈ ਸਲਾਹ ਦੇਣ ਵਾਲੇ ਕਹਿੰਦੇ ਸੀ ਆਪਾਂ ਜਥੇਬੰਦੀ 'ਚ ਤੁਰਦੇ ਹਾਂ ਤਾਂ ਆਪਣੇ ਪਿੱਛੇ ਲੱਗੇ, ਆਪਾਂ ਖਿੰਡ ਜਾਈਏ, ਖਿੰਡ ਕੇ ਵੱਖਰੇ ਵੱਖਰੇ ਹੋ ਜਾਈਏ, ਕੋਈ ਇੱਧਰ ਚਲਾ ਜਾਏ, ਕੋਈ ਇੱਧਰ ਚਲਾ ਜਾਏ, ਕਿੰਨੇ ਕੁ ਨੂੰ ਲੱਭਣਗੇ, ਆਪਾਂ ਇੱਦਾਂ ਜਾਨ ਬਚਾ ਲਈਏ। ਸਲਾਹਾਂ ਦਿੰਦੇ ਸੀ ਆਪਸ ਵਿੱਚ। ਕਹੂ ਕਹੇ ਖਿੰਡ ਮਤ ਪਤ ਖੋਵਾ, ਤੇ ਅੱਗੋਂ ਕਈ ਕਹਿੰਦੇ ਸੀ ਸਿਆਣੇ, ਉਹ ਕਹਿੰਦੇ ਸਿੰਘੋ ਜੇ ਖਿੰਡ ਗਏ ਨਾ, ਖਿੰਡ ਕੇ ਵੀ ਆਪਣਾ ਨੁਕਸਾਨ ਹੋਏਗਾ, ਆਪਣੀ ਤਾਕਤ ਮੁੱਕ ਜਾਏਗੀ, ਇਹ ਸਾਨੂੰ ਮਾਰ ਦੇਣਗੇ ਵੱਖਰਾ ਵੱਖਰਾ ਕਰਕੇ। ਲੜੋ ਮਰੋ ਇਹਨਾਂ ਤੁਰਕਾਂ ਨਾਲ, ਇਕੱਠੇ ਹੀ ਰੋਕੇ ਲਓ ਇਹਨਾਂ ਤੁਰਕਾਂ ਨਾਲ, ਲੜੀ ਜਾਓ, ਮਰੀ ਜਾਓ, ਮਾਰੀ ਜਾਓ, ਇਹਨਾਂ ਨਾਲ ਗੁਰੂ ਸਾਹਿਬ ਦਾ ਹੁਕਮ ਹੈ ਵੀ ਖਾਲਸੇ ਦਾ ਇਹਨਾਂ ਨਾਲ ਖੰਡਾ ਖੜਕਦਾ ਹੀ ਰਹਿਣਾ, ਜਿੰਨਾ ਚਿਰ ਖਾਲਸੇ ਦਾ ਰਾਜ ਨਹੀਂ ਹੁੰਦਾ ਲੱਗੇ ਰਹੋ, ਕਦੀ ਦਾ ਟਾਈਮ ਆਵੇਗਾ, ਕਦੀ ਤਾਂ ਗੁਰੂ ਸਾਡੀ ਸੁਣੇਗਾ। ਔਰ ਬਾਤ ਕਹੋ ਬਣੇ ਨਾ ਹਾਲ, ਕਈ ਤਾਂ ਕਹਿੰਦੇ ਸੀ ਵੀ ਖਿੰਡ ਕੇ ਵੱਖਰੇ ਵੱਖਰੇ ਹੋ ਕੇ ਦੂਰ ਦੂਰ ਪਿੰਡਾਂ 'ਚ ਲੁੱਕ ਜਾਓ, ਅਤੇ ਕਈ ਕਹਿੰਦੇ ਸੀ ਜੇ ਇੱਦਾਂ ਲੁੱਕ ਗਏ ਨਾ, ਲੁੱਕਣ ਥੋੜ੍ਹਾ ਦੇਣਾ, ਤੁਹਾਨੂੰ ਫੜ ਲੈਣਾ, ਤੁਹਾਡੀਆਂ ਦਾੜੀਆਂ, ਤੁਹਾਡੀਆਂ ਪੱਗਾਂ, ਤੁਹਾਡੀਆਂ ਕੇਸਾਂ ਨੇ ਤੁਹਾਡੀ ਪਛਾਣ ਕਰਾ ਦੇਣੀ ਹੈ, ਅਤੇ ਤੁਸੀਂ ਇਕੱਠੇ ਰਹੋ ਅਤੇ ਲੜੀ ਜਾਓ, ਮਰੀ ਜਾਓ ਅਤੇ ਮਾਰੀ ਜਾਓ, ਹੋਰ ਕੋਈ ਚਾਰਾ ਨਹੀਂ ਹੈ। ਇਹਨਾਂ ਦੇ ਨਾਲ ਸੁਲਾ ਤਾਂ ਇਹਨਾਂ ਸੁਲਾ ਉਹਦੇ ਨਾਲ ਹੁੰਦੀ ਜਿਹਦੇ 'ਚ ਦਇਆ ਹੋਵੇ। ਇਹਨਾਂ ਨੇ ਕੋਈ ਸਾਹਿਬਜ਼ਾਦਿਆਂ 'ਤੇ ਦਇਆ ਨਹੀਂ ਕੀਤੀ, ਜਿਹੜੇ 7 ਸਾਲ ਅਤੇ 9 ਸਾਲ ਦੇ ਬੱਚੇ ਸਨ, ਇਹ ਸਾਡੇ 'ਤੇ ਕੀ ਦਇਆ ਕਰਨਗੇ, ਸਾਨੂੰ ਇਹ ਛੱਡਣਗੇ। ਇਸ ਕਰਕੇ ਸਿੰਘ ਸਿਆਣੇ ਕਹਿੰਦੇ ਸੀ ਇਕੱਠੇ ਰਵੋ ਅਤੇ ਲੜੀ ਜਾਓ। ਇੱਕ ਕਹੇ ਹਮ ਜਾਵੇ ਤਹੀ, ਇੱਕ ਸਿੰਘ ਕਹਿੰਦੇ ਸੀ ਵਿੱਚੋਂ ਹੀ ਸਲਾਹ ਹੁੰਦੀ ਸੀ, ਇਹ ਸਾਧ ਸੰਗਤ ਦੀ ਕੋਈ ਵੀ ਮੂਵਮੈਂਟ ਹੋਵੇ, ਜਥੇਬੰਦੀ ਜਦੋਂ ਬਣਦੀ ਹੈ ਉਹਦੇ ਵਿੱਚ ਸਾਰਿਆਂ ਦੀ ਸੁਣਨੀ ਵੀ ਪੈਂਦੀ ਹੈ, ਅਤੇ ਭਾਂਤ ਭਾਂਤ ਦੀਆਂ ਬੋਲੀਆਂ ਹੁੰਦੀਆਂ ਨੇ। ਭਾਈ ਸਾਹਿਬ ਰਤਨ ਸਿੰਘ ਜੀ ਉਹ ਗੱਲ ਦੱਸ ਰਹੇ ਆ
ਕਿ ਸਿੰਘ ਉਸ ਵੇਲੇ ਵੱਖਰੀਆਂ ਵੱਖਰੀਆਂ ਬੋਲੀਆਂ ਬੋਲਣ ਲੱਗ ਜਾਂਦੇ ਸੀ। ਕੋਈ ਕਹਿੰਦਾ ਸੀ ਆਪਾਂ ਉੱਥੇ ਚੱਲੀਏ, ਲੜਨੋ ਮਰਨੋ ਹੋਵੇ ਸਹੀ, ਜਿੱਥੇ ਡਟ ਕੇ ਲੜਾਈ ਹੋਵੇ। ਕਈ ਦਲੇਰ ਬੜੇ ਸੀਗੇ, ਉਹ ਕਹਿੰਦੇ ਆਪਾਂ ਇੱਦਾਂ ਲੁੱਕਦੇ ਕਿਉਂ ਫਿਰਦੇ ਹਾਂ, ਇਕੱਠੇ ਹੋਵੋ, ਆਪਾਂ ਜਾ ਕੇ ਲਾਹੌਰ 'ਤੇ ਕਿਉਂ ਨਾ ਹਮਲਾ ਕਰ ਦਈਏ, ਆਪਾਂ ਲਾਹੌਰ ਹੀ ਫਤਿਹ ਕਰ ਦਈਏ। ਜਿਹੜੇ ਬਹੁਤੇ ਜੋਸ਼ੀਲੇ ਸਨ ਅਤੇ ਜਿਹੜੇ ਹੁੰਦੇ ਸੀ ਬੁੱਢੇ ਸਿਆਣੇ, ਬਾਬਾ ਨਵਾਬ ਕਪੂਰ ਸਿੰਘ ਵਰਗੇ, ਉਹ ਕਹਿੰਦੇ ਸੀ ਸਿੰਘੋ ਲਾਹੌਰ ਅਜੇ ਆਪਣੇ ਕਾਬੂ ਨਹੀਂ ਆਉਣਾ, ਇੰਨਾ ਸੌਖਾ ਨਾ ਸਮਝੋ ਵੀ ਆਪਾਂ ਹੁਣੇ ਲਾਹੌਰ ਵੜ ਚੱਲਾਂਗੇ। ਹਰ ਚੀਜ਼ ਦਾ ਢੰਗ ਤਰੀਕਾ ਹੁੰਦਾ, ਬਿਨਾਂ ਤਰੀਕੇ ਦੇ ਕੋਈ ਕੰਮ ਕਰੋਗੇ ਨੁਕਸਾਨ ਹੋਵੇਗਾ। ਹਾਂਜੀ, ਲੜਨ ਮਰਨ ਤੇ ਜੇ ਨੱਠ ਜਾਹੀ, ਜਿਹੜੇ ਲੜਨ ਮਰਨ ਤੋਂ ਨੱਠਣਾ ਚਾਹੁੰਦੇ ਸੀ, ਤੋ ਹਮ ਕਿਮ ਪਾਵੈ ਪਤਸ਼ਾਹੀ, ਉਹ ਕੋ ਕਹਿੰਦੇ ਸੀ ਜਿਹੜੇ ਬਹੁਤੇ ਜੋਸ਼ੀਲੇ ਸੀ, ਉਹ ਕਹਿੰਦੇ ਜੀ ਆਪਾਂ ਇਵੇਂ ਨੱਠੇ ਭੱਜੇ ਨੱਠੇ ਭੱਜੇ ਜਿਹਨਾਂ ਤੋਂ ਡਰਦੇ ਰਹਾਂਗੇ ਤੇ ਸਾਨੂੰ ਪਾਤਸ਼ਾਹੀ ਕਿੱਥੇ ਦੇਣੀ ਇਹਨਾਂ ਨੇ, ਕਦੋਂ ਆਪਾਂ ਰਾਜ ਲਵਾਂਗੇ, ਚਲੋ ਆਪਾਂ ਲਾਹੌਰ ਤੇ ਕਬਜ਼ਾ ਕਰੀਏ। ਕੁਝ ਕਹਿੰਦੇ ਸੀ ਵੀ ਕਬਜ਼ਾ ਕਰੀਏ, ਕੁਝ ਕਹਿੰਦੇ ਸੀ ਅਜੇ ਅਜੇ ਟਾਈਮ ਨਹੀਂ ਆਇਆ, ਅਜੇ ਆਪਾਂ ਥੋੜਾ ਜਿਹਾ ਉਡੀਕ ਕਰੀਏ ਟਾਈਮ ਦੀ। ਤਬਹੀ ਖਾਲਸੇ ਇਮ ਠਹਿਰਾਈ, ਤਾਂ ਫਿਰ ਸਾਰੇ ਸਿੰਘਾਂ ਨੇ, ਉਹ ਸਮਾਂ ਬੜਾ ਮਾੜਾ ਆ ਗਿਆ ਸ਼ਾਹ ਨਵਾਜ਼ ਖਾਨ ਦੇ ਟਾਈਮ 'ਤੇ, ਸੰਨ 1746 ਦੇ ਵਿੱਚ ਲੱਖੂ ਪਾਪੀ ਅਤੇ ਜੱਸੂ ਸਿੱਖਾਂ ਦੇ ਵੈਰੀ ਬਣੇ ਹੋਏ ਸਨ, ਅਤੇ ਸਿੰਘਾਂ ਨੇ ਫਿਰ ਇਹ ਪੱਕਾ ਕੀਤਾ, ਹੈ ਫੌਜ ਕੋ ਗੈਲੋਂ ਪਾਈ, ਉਹ ਕਹਿਣ ਲੱਗੇ ਆਪਾਂ ਜਥੇਬੰਦੀ ਬਣਾ ਕੇ ਰੱਖੀਏ ਅਤੇ ਫੌਜ ਦੇ ਨੇੜੇ ਨੇੜੇ ਰਿਹਾ ਕਰੀਏ ਅਤੇ ਆਪਾਂ ਫੌਜ ਨੂੰ ਲੁੱਟਿਆ ਕਰੀਏ, ਹੁਣ ਹੋਰ ਕੋਈ ਤਰੀਕਾ ਨਹੀਂ। ਹਾਂਜੀ, ਲਈਏ ਘੋੜੇ ਰਾਤ ਜੈ ਸੋਵੈ, ਆਪਾਂ ਤੁਰਕਾਂ ਦੀ ਜਿੱਥੇ ਛਾਉਣੀ ਹੁੰਦੀ ਹੈ ਨਾ ਉਹਦੇ 10 ਕੁ ਮੀਲ ਦੂਰ ਆਪਣਾ ਡੇਰਾ ਪਾ ਲਿਆ ਕਰੀਏ, ਆਪਾਂ ਭੱਜ ਕੇ ਨਾ ਜਾਇਆ ਕਰੀਏ, ਆਪਾਂ ਇਹਨਾਂ ਨੂੰ ਤੰਗ ਕਰੀਏ, ਹੁਣ ਇਹ ਸਾਨੂੰ ਤੰਗ ਕਰਦੇ ਆਪਾਂ ਇਹਨਾਂ ਨੂੰ ਕਰੀਏ, ਰਾਤ ਨੂੰ ਆਪਾਂ ਇਹਨਾਂ ਦੇ ਘੋੜੇ ਖੋਹ ਲਿਆ ਕਰੀਏ। ਕਈ ਵਾਰੀ ਤਾਂ ਚੁੱਪ ਚੁਪੀਤੇ ਸਿੰਘ ਜਾ ਕੇ ਘੋੜੇ ਖੋਹ ਲਿਆਉਂਦੇ ਸਨ ਅਤੇ ਕਈ ਵਾਰੀ ਉੱਥੇ ਖੰਡਾ ਵੀ ਖੜਕ ਜਾਂਦਾ ਸੀਗਾ। ਤੁਰਕਾਂ ਦੇ ਘੋੜੇ ਤਾਕਤਵਰ ਹੁੰਦੇ ਸਨ, ਉਹਨਾਂ ਦੇ ਘੋੜਿਆਂ ਨੂੰ ਖੁਰਾਕ ਚੰਗੀ ਮਿਲੀ ਹੁੰਦੀ ਸੀ, ਸਿੰਘ ਉਹ ਘੋੜੇ ਖੋਹ ਕੇ ਆਪਣੇ ਦਲ ਵਿੱਚ ਲੈ ਆਉਂਦੇ ਸਨ। ਜੋ ਪਿਆਂਦੇ ਅਸਵਾਰ ਸੋ ਹੋਵੇ, ਜਿਹੜੇ ਪੈਦਲ ਹੁੰਦੇ ਸੀ ਸਿੰਘ ਉਹਨਾਂ ਨੂੰ ਘੋੜੇ ਚਾਹੀਦੇ ਹੁੰਦੇ ਸੀ, ਘੋੜੇ ਵਾਲੇ ਦਾ ਦੌੜ ਜਾਂਦਾ ਮਿੰਟ 'ਚ ਉੱਡ ਜਾਂਦਾ, ਪਰ ਜਿਹਦੇ ਕੋਲ ਘੋੜਾ ਨਹੀਂ ਉਹ ਜੰਗ ਵਿੱਚ ਵਿਚਾਰਾ ਕਿਵੇਂ ਦੌੜੇਗਾ। ਉਹ ਜ਼ਿਆਦਾਤਰ ਸਿੰਘ ਫਿਰ ਉਹਨਾਂ ਤੁਰਕਾਂ ਦੇ ਘੋੜੇ ਖੋਹ ਕੇ ਲਿਆਉਂਦੇ ਸਨ ਅਤੇ ਉਹਨਾਂ ਦੇ ਸਵਾਰ ਹੋ ਜਾਂਦੇ ਸਨ। ਜੈ ਸੁਣ ਸਿੰਘ ਕਈ ਪੈ ਤਿਆਰ, ਇਹ ਸੁਣ ਕੇ ਜਦੋਂ ਸਲਾਹ ਕੀਤੀ ਜਥੇਦਾਰਾਂ ਨੇ, ਬਾਬਾ ਜੱਸਾ ਸਿੰਘ ਜੀ ਉਦੋਂ ਪੂਰੇ ਜਵਾਨੀ ਵਿੱਚ ਸਨ, ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਅਤੇ ਸਾਧ ਸਿੰਘ ਜੀ ਜੱਸਾ ਸਿੰਘ ਆਲੂ ਵਾਲੀਆ, ਅਤੇ ਬਾਬਾ ਨੌਧ ਸਿੰਘ, ਇਹ ਜਿਹੜਾ ਭਾਈ ਨੌਧ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ ਅਤੇ ਚੜ੍ਹਤ ਸਿੰਘ ਰਣਜੀਤ ਸਿੰਘ ਦਾ ਦਾਦਾ, ਇੱਦਾਂ ਹੀ ਹੋਰ ਕਨਈਆ ਮਿਸਲ, ਨਕਈਆ ਮਿਸਲ, ਆਲੂ ਵਾਲੀਆਂ ਦੀ ਮਿਸਲ, ਸ਼ੁਕਰ ਚੱਕੀਆਂ ਦੀ ਮਿਸਲ, ਭੰਗੀਆਂ ਦੇ ਹਰੀ ਸਿੰਘ ਭੰਗੀ ਹੋਇਆ, ਪੰਜਵੜ ਪਿੰਡ ਹੈ ਤਰਨ ਤਾਰਨ ਦੇ ਲਾਗੇ, ਪੰਜਵੜ ਦਾ ਸੀਗਾ ਭਾਈ ਹਰੀ ਸਿੰਘ ਭੰਗੀ। ਇੱਦਾਂ ਬੜੇ ਬੜੇ ਜਿਹੜੇ ਜੰਗੀ ਜਰਨੈਲ ਸਨ ਨਾ ਸਿੱਖਾਂ ਦੇ, ਉਹਨਾਂ ਨੇ ਮਤਾ ਪਕਾ ਲਿਆ। ਸੁੱਤੇ ਤੁਰਕਾਂ ਨਾ ਲੇਵੋ ਮਾਰ, ਇਹ ਤੁਰਕ ਸਾਨੂੰ ਰੋਟੀ ਨਹੀਂ ਖਾਣ ਦਿੰਦੇ, ਸਾਨੂੰ ਬਹਿਣ ਨਹੀਂ ਦਿੰਦੇ, ਸਾਨੂੰ ਸੌਣ ਨਹੀਂ ਦਿੰਦੇ, ਫਿਰ ਇਹਨਾਂ ਨੂੰ ਹੁਣ ਆਪਾਂ ਹੱਥ ਲਾਈਏ, ਇਹਨਾਂ ਦੇ ਘੋੜੇ ਖੋਹੀਏ ਅਤੇ ਇਹਨਾਂ ਨੂੰ ਸੋਧਾ ਲਾਈਏ। ਸੂਰੇ ਸਿੰਘਨ ਜੈ ਠਹਿਰਾਈ, ਜਿਹੜੇ ਦਲੇਰ ਸਿੰਘ ਸਨ ਬਹੁਤੇ ਹੀ ਹੌਸਲੇ ਵਾਲੇ,
ਉਹਨਾਂ ਨੇ ਪੱਕਾ ਨਿਯਮ ਨਿਯਤ ਕਰ ਲਿਆ, ਇਰਾਦਾ ਬਣਾ ਲਿਆ। ਸਿੰਘ ਤੁਰੇ ਉਹਨਾਂ ਗੈਲੇ ਤਾਈ, ਸਿੰਘਾਂ ਦੀ ਫੌਜ ਨਾਲ ਲੈ ਕੇ ਇਹ ਸਾਰੇ ਸਿੰਘ ਰਾਤ ਨੂੰ ਜਾ ਪੈਂਦੇ ਸਨ ਜਿੱਥੇ ਸੂਬਿਆਂ ਦੀ ਫੌਜ ਹੁੰਦੀ ਸੀ, ਉਹਨਾਂ ਦੇ ਹੱਲਾ ਬੋਲ ਕੇ ਘੋੜੇ ਖੋਹ ਲੈਂਦੇ ਸਨ। ਐਸੀ ਤੌਰ ਸਿੰਘ ਉੱਠ ਚਲੇ, ਇਸ ਤਰੀਕੇ ਦੇ ਫਿਰ ਸਿੰਘਾਂ ਨੇ ਹੱਲਾ ਵਿੱਚ ਸਿੱਧੇ ਤੌਰ 'ਤੇ ਆਪਾਂ ਇਹਨਾਂ ਦਾ ਮੁਕਾਬਲਾ ਕਰ ਨਹੀਂ ਸਕਦੇ, ਫੌਜ ਜ਼ਿਆਦਾ ਹੈ, ਫਿਰ ਇਹਨਾਂ ਤੋਂ ਘੋੜੇ ਖੋਹਣੇ ਜ਼ਰੂਰੀ ਹਨ, ਤੰਗ ਕਰਨਾ ਜ਼ਰੂਰੀ। ਇਹ ਸਾਨੂੰ ਰੋਟੀ ਨਹੀਂ ਖਾਣ ਦਿੰਦੇ, ਬਹਿਣ ਨਹੀਂ ਦਿੰਦੇ, ਕਿਸੇ ਗੁਰਦੁਆਰੇ ਮੱਥਾ ਨਹੀਂ ਟੇਕਣ ਦਿੰਦੇ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹਿਰੇ ਲੱਗੇ ਹੋਏ ਸਨ ਵੀ ਜੇ ਕੋਈ ਸਿੱਖ ਮੱਥਾ ਟੇਕਣ ਆਵੇ ਜਾਂ ਸਰੋਵਰ 'ਚ ਇਸ਼ਨਾਨ ਕਰੇ, ਗੋਲੀ ਮਾਰ ਕੇ ਮਾਰ ਦਿੰਦੇ। ਤਰਨ ਤਾਰਨ ਸਰੋਵਰ 'ਚ ਨਹਾਉਣ 'ਤੇ ਪਾਬੰਦੀ ਲਾਈ ਗਈ, ਨਨਕਾਣੇ ਸਾਹਿਬ ਵੱਲ ਮੱਥਾ ਟੇਕਣ 'ਤੇ ਪਾਬੰਦੀ, ਜਿੰਨੇ ਵੱਡੇ ਗੁਰਦੁਆਰੇ ਸੀ ਉਹਨਾਂ ਦੇ ਫੌਜਾਂ ਦੇ ਪਹਿਰੇ ਲਾ ਦਿੱਤੇ। ਤੁਰਕਾਂ ਫੌਜ ਕੇ ਸੰਗ ਰਲੇ, ਸਿੰਘ ਤੁਰਕਾਂ ਦੀ ਫੌਜ ਦੇ ਨਾਲ ਰਲ ਗਏ। ਨਾਲ ਤੋਂ ਮਤਲਬ ਇਹ ਵੀ ਜਿੱਥੇ ਉਹ ਤੁਰਕਾਂ ਦੀ ਫੌਜ ਹੁੰਦੀ ਉਹਨਾਂ ਦੇ ਨੇੜੇ ਨੇੜੇ 10-5 ਮੀਲ ਅੱਗੇ ਪਿੱਛੇ ਸਿੰਘ ਰਹਿੰਦੇ, ਜਾਣ ਕੇ ਹੌਸਲਾ ਰੱਖਦੇ ਵੀ ਮਰਨਾ ਤਾਂ ਹੈ ਹੀ ਹੈ, ਵੀ ਜੇ ਮੁਕਾਬਲਾ ਹੋਵੇਗਾ ਤਾਂ ਵੀ ਦੇਖੀ ਜਾਏਗੀ, ਪਰ ਆਪਾਂ ਇਹਨਾਂ ਨੂੰ ਤੰਗ ਕਰਨਾ ਹੁਣ। ਹਾਂਜੀ, ਦੋਹਰਾ ਸਿੰਘ ਸੋ ਡੇਰਾ ਵੇਖ ਕੇ ਬੜੇ ਫੌਜ ਮੇਂ ਜਾਏ, ਜਿੱਥੇ ਤੁਰਕਾਂ ਦੀ ਫੌਜ ਦਾ ਡੇਰਾ ਹੁੰਦਾ ਸੀ ਸਿੰਘ ਜਾ ਵੜਦੇ ਸੀ। ਤੁਰਕ ਸੋ ਥੱਕੇ ਸੋਏ ਗਏ, ਲੱਗਿਓ ਖਾਲਸੇ ਦਾਏ, ਤੁਰਕ ਥੱਕ ਕੇ ਸੁੱਤੇ ਸਿੰਘਾਂ ਦਾ ਦਾ ਲੱਗ ਗਿਆ। ਚੌਪਈ ਤਬ ਸਿੰਘਾਂ ਨਾ ਕੋੜੇ ਲੈ ਖੋਲ, ਸਿੰਘ ਬੜੇ ਫੁਰਤੀਲੇ ਹੁੰਦੇ ਸੀਗੇ, ਸਾਧ ਸੰਗਤ ਜੀ ਖਾਲਸੇ ਨੂੰ ਸਾਰੇ ਦਾ ਪੇਚ ਗੁਰੂ ਸਾਹਿਬ ਨੇ ਸਿਖਾਏ ਸੀ, ਇਹ ਨਹੀਂ ਵੀ ਇਕੱਲੀ ਮਾਲਾ ਫੇਰ ਨਹੀਂ ਸਿਖਾਈ ਸੀ, ਜਿਹੋ ਜਿਹਾ ਸਮਾਂ ਹੋਵੇ ਨਾ ਉਹੋ ਜਿਹਾ ਫਿਰ ਕੰਮ ਕਰਨਾ ਵੀ ਪੈਂਦਾ। ਫਿਰ ਸਿੰਘਾਂ ਨੇ ਕਹਿੰਦੇ ਘੋੜੇ ਜਿਹੜੇ ਸੀ ਨਾ ਤੁਰਕਾਂ ਦੇ ਖੋਲ ਲਏ, ਉੱਪਰ ਚੜੇ ਸੋ ਸਤਿਗੁਰ ਬੋਲ, ਸਤਿਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਯਾਦ ਕੀਤਾ, ਅਰਦਾਸੇ ਸੋਧ ਕੇ ਸਿੰਘ ਘੋੜਿਆਂ ਦੇ ਸਵਾਰ ਹੋ ਗਏ, ਤੁਰਕਾਂ ਦੇ ਘੋੜੇ ਖੋ ਲਏ, ਦੂਜੇ ਗੈਲੇ ਲੈ ਲਗਾਏ, ਜਿਹੜੇ ਘੋੜੇ ਦੂਜੇ ਸਨ ਹੁਣ ਘੋੜੇ ਜ਼ਿਆਦੇ ਹੋ ਗਏ ਤੇ ਸਿੰਘ ਥੋੜੇ, ਇੱਕ ਇੱਕ ਸਿੰਘ ਨੇ ਦੋ ਦੋ ਘੋੜੇ ਨਾਲ ਫੜ ਲਏ, ਲੰਮੀਆਂ ਬਾਗਾਂ ਕਰਕੇ ਰੱਸੇ ਫੜ ਲਏ, ਉਹਨਾਂ ਘੋੜਿਆਂ ਨੇ ਤੁਰਨਾ ਹੀ ਸੀ ਜਿੱਧਰ ਲੈ ਜਾਣਾ, ਜਿਹਨੇ ਇੱਕ ਘੋੜੇ ਤੇ ਸਵਾਰ ਹੋ ਗਏ, ਇੱਕ ਅੱਧਾ ਨਾਲ ਫੜ ਲਿਆ ਹੋਰ। ਹਾਂਜੀ, ਗੈਲ ਪੜੇ ਤੁਸੀਂ ਆਵੇ ਕਾਏ, ਜਿਹੜਾ ਕੋਈ ਪਿੱਛੋਂ ਫੜ ਰੋਕਣ ਆਇਆ ਤੁਰਕ, ਮਾਰ ਕੇ ਬਰਛੀਆਂ ਪਰੋ ਦਿੱਤੇ ਤੁਰਕ। ਦੋਹਰਾ ਜਿਤਨੇ ਘੋੜੇ ਥੇ ਮਰੇ, ਉਤਨੇ ਸਿੰਘਨ ਲੀਨਾ, ਜਿੰਨੇ ਕੁ ਘੋੜੇ ਪਿਛਲੀਆਂ ਲੜਾਈਆਂ 'ਚ ਸਿੱਖਾਂ ਦੇ ਮਾਰੇ ਗਏ ਸਨ, ਜਿੰਨੇ ਘੋੜਿਆਂ ਦੀ ਲੋੜ ਸੀ ਉਸ ਨਾਲੋਂ ਵੀ ਜ਼ਿਆਦਾ ਘੋੜੇ ਤੁਰਕਾਂ ਤੋਂ ਖੋ ਲਏ। ਨਿਤਾ ਪ੍ਰਤ ਐਸੀ ਵਿਦ ਕਰੈ, ਫੌਜ ਤੁਰਕ ਪਈ ਖੀਨਾ, ਏਦਾਂ ਰੋਜ਼ ਕਰਨ ਲੱਗ ਪਏ। ਤੁਰਕਾਂ ਦੀ ਫੌਜ ਕਮਜ਼ੋਰ ਹੋ ਗਈ, ਹੁਣ ਸਭ ਤੋਂ ਵੱਡੀ ਫੌਜ ਕੋਲ ਉਸ ਵੇਲੇ ਤਾਕਤ ਸੀ ਘੋੜਾ ਜਾਂ ਹਥਿਆਰ, ਸਿੰਘ ਘੋੜੇ ਲੈ ਜਾਂਦੇ ਸੀ, ਹਥਿਆਰ ਖੋਹ ਕੇ ਲੈ ਜਾਂਦੇ ਸੀ, ਅਤੇ ਤੁਰਕ ਕੀ ਕਰਦੇ, ਤੁਰਕਾਂ ਨੂੰ ਔਖਾ ਹੋ ਗਿਆ। ਦੇਖੋ ਭਾਈ ਗੁਰੂ ਕਲਾ ਆਏ ਮਾਰਨ ਓਏ, ਭਾਈ ਰਤਨ ਸਿੰਘ ਜੀ ਪੰਗੂ ਕਹਿੰਦੇ ਆ, ਦੇਖੋ ਭਾਈ ਗੁਰੂ ਦੀ ਕਲਾ, ਗੁਰੂ ਖੇਡ ਕੀ ਵਰਤਾਉਂਦਾ, ਜਿਹੜੇ ਸਿੱਖਾਂ ਨੂੰ ਮਾਰਨ ਆਏ ਸੀ। ਤੋ ਮਾਰੇ ਖਾਲਸੇ ਤੁਰਕ ਘਣੇ ਥੇ ਸੋਏ, ਖਾਲਸੇ ਨੇ ਉਹ ਸਾਰੇ ਤੁਰਕ ਮਾਰ ਕਰਤੇ, ਉਹ ਜਿਹੜੇ ਬਹੁਤ ਵੱਡੇ ਵੱਡੇ ਖਾਨ ਬਹਾਦਰ ਚੜ੍ਹ ਚੜ੍ਹ ਕੇ ਆਏ ਸੀ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ, ਉਹਨਾਂ ਦੀਆਂ ਲਾਸ਼ਾਂ ਵੀ ਘਰ ਨਹੀਂ ਗਈਆਂ, ਸਿੰਘਾਂ ਨੇ ਪਰੋਸ ਉੱਟੇ, ਕਈ ਮਾਰ ਦਿੱਤੇ, ਕਈਆਂ ਦੇ ਘੋੜੇ ਖੋਹ ਲਏ, ਕਈਆਂ ਦੇ ਹਥਿਆਰ ਖੋਹ ਲਏ। ਪੰਜਾਬ ਦੇ ਵਿੱਚ ਫੇਰ ਸਿੰਘਾਂ ਨੇ ਹੱਥ ਚੰਗੇ ਕਰੜੇ ਤੁਰਕਾਂ ਨੂੰ ਲਾ ਦਿੱਤੇ। ਚੌਪਈ
ਤੁਰਕ ਫੌਜ ਫਿਰ ਬਹੁਤੀ ਆਵੇ। ਹੁਣ ਤੁਰਕਾਂ ਦੇ ਕੋਲ ਸਰਕਾਰੀ ਤਾਕਤ ਸੀ, ਪੈਸਾ ਸੀਗਾ, ਉਹ ਪਿੱਛੋਂ ਹੋਰ ਫੌਜ ਭਰਤੀ ਕਰਕੇ ਭੇਜ ਦਿੰਦੇ ਨੇ। ਥੋੜੇ ਸਿੰਘ ਸੋਤ ਹੈ ਲੁਕ ਜਾਵੇ, ਜਿਹੜੇ ਸਿੰਘ ਥੋੜੇ ਹੁੰਦੇ ਨੇ, ਜਦੋਂ ਸਿੰਘਾਂ ਦੇ ਕੋਲ ਤਾਕਤ ਘੱਟ ਹੁੰਦੀ ਹੈ, ਸਿੰਘ ਬੜੇ ਨੀਤੀਵਾਨ, ਐਵੇਂ ਸਿੰਘਾਂ ਨੇ ਕਦੀ ਆਪਣਾ ਨੁਕਸਾਨ ਨਹੀਂ ਹੋਣ ਦਿੱਤਾ। ਉਹ ਸਿੰਘ ਵੇਖ ਲੈਂਦੇ ਸੀ ਵੀ ਹੁਣ ਮੌਕਾ ਕਿਹੋ ਜਿਹਾ, ਅਤੇ ਫਿਰ ਜੰਗਲ ਦੇ ਵਿੱਚ ਲੁੱਕ ਜਾਂਦੇ ਸੀ, ਗੁਪਤ ਹੋ ਜਾਂਦੇ ਸੀ। ਖਾਲਸਾ ਕਹਿੰਦੇ ਹਰਨ ਭਰਨ ਹੋ ਗਿਆ, ਬੋਲਾ ਸਿੰਘਾਂ ਦਾ, ਕਹਿੰਦੇ ਸਿੰਘ ਹਰਨ ਭਰਨ ਹੋ ਗਏ, ਦੌੜ ਗਏ। ਹਰਨ ਭਰਨ ਹੋਣ ਦਾ ਇਹ ਮਤਲਬ ਹੈ, ਅਤੇ ਹਰਨ ਭਰਨ ਹੋ ਗਏ ਸਿੰਘ, ਜੰਗਲਾਂ 'ਚ ਜਾ ਕੇ ਲੁੱਕ ਜਾਂਦੇ ਸਨ। ਹਾਂਜੀ, ਤਾਂ ਲੁਕੇ ਜਾਏ ਹੋਏ ਵੱਡ ਝੱਲ, ਲੁਕਦੇ ਕਿੱਥੇ ਸਨ? ਜਿਹੜਾ ਬਹੁਤ ਵੱਡਾ ਝੱਲ ਹੋਵੇ, ਕੋਈ ਜੰਗਲ ਹੋਵੇ ਜਿਹਦੇ ਵਿੱਚ ਤੁਰਕਾਂ ਨੂੰ ਵੜਨਾ ਬਹੁਤ ਔਖਾ ਹੋਵੇ, ਉੱਥੇ ਲੁਕਦੇ ਸਨ ਜਾ ਕੇ। ਦੇਵੈ ਗੜ ਕਾਨਨ ਕੋ ਮਲ, ਕਿਲਿਆ ਆਪਣਾ ਉਹਨਾਂ ਨੇ ਕਿਲਾ ਜੰਗਲ ਨੂੰ ਬਣਾਇਆ ਹੋਇਆ ਸੀ, ਜੰਗਲ ਖਾਲਸੇ ਦਾ ਕਿਲਾ ਸੀ। ਹਾਂਜੀ, ਰਾਤ ਸਿੰਘ ਹੋਏ ਬਹੁ ਹੁਸ਼ਿਆਰ, ਦਿਨੇ ਸਾਰਾ ਦਿਨ ਚੁੱਪ ਕਰਕੇ ਜੰਗਲ 'ਚ ਬੈਠੇ ਰਹਿਣਾ, ਕੋਈ ਆਵਾਜ਼ ਨਹੀਂ ਕੱਢਣੀ ਵੀ ਕੌਣ ਬੈਠਾ, ਕੌਣ ਉੱਥੇ ਗਿਆ, ਕੌਣ ਆਇਆ, ਲੰਗਰ ਪ੍ਰਸ਼ਾਦਾ ਬਣਾਉਣਾ। ਜੰਗਲ 'ਚ ਸ਼ਿਕਾਰ ਮਿਲ ਜਾਂਦਾ ਸੀ, ਉਹ ਮਾਰ ਕੇ ਖਾ ਲੈਂਦੇ ਸੀ। ਰਾਤ ਨੂੰ ਸਿੰਘ ਨਿਕਲਦੇ ਸੀ, ਲੇਵੈ ਤੁਰਕਨ ਕੇ ਫਿਰ ਮਾਰ, ਰਾਤ ਨੂੰ ਚੜ੍ਹਦੇ ਖਾਲਸੇ ਜਾ ਕੇ ਤੁਰਕਾਂ ਦੀ ਫੌਜ ਦੇ ਵਿੱਚ ਕਟਾ ਵੱਢ ਕਰਨੇ, ਘੋੜੇ ਖੋਹ ਲੈਣੇ ਫੌਜਾਂ ਕੋਲੋਂ, ਤੁਰਕਾਂ ਦੇ ਕੋਲੋਂ। ਦਿਨ ਮੈਂ ਤੁਰਕ ਬਹੁਤ ਮਿਲਤਾ ਮੈਂ, ਔਰ ਦਿਨੇ ਤੁਰਕ ਪਿੱਛਾ ਕਰਦੇ, ਰਾਤ ਨੂੰ ਤੁਰਕਾਂ ਦੀ ਹਿੰਮਤ ਨਹੀਂ ਪੈਂਦੀ ਸਿੰਘਾਂ ਦੇ ਨੇੜੇ ਜਾਣ ਦੀ। ਲੁਕੇ ਸਿੰਘ ਤਿੰਨ ਹੱਥ ਨਾਵੇ, ਦਿਨੇ ਸਾਰਾ ਦਿਨ ਤੁਰਕ ਇੱਧਰ ਉੱਧਰ ਲੱਭਦੇ ਰਹਿੰਦੇ, ਜੰਗਲਾਂ 'ਚ ਵੜਨ ਨੂੰ ਡਰਦੇ ਸੀ, ਸਿੰਘ ਲੱਭਦੇ ਨਹੀਂ ਸੀ ਜੰਗਲਾਂ ਵਿੱਚ। ਤੁਰਕ ਸੋ ਡਰਤੇ ਬੜੇ ਨਾ ਚੱਲ, ਸਿੰਘਾਂ ਤੋਂ ਡਰਦੇ ਮਾਰੇ ਦਿਨੇ ਪਤਾ ਹੁੰਦਾ ਸੀ ਕਈ ਵਾਰੀ ਤੁਰਕਾਂ ਨੂੰ ਵੀ ਇੱਥੇ ਸਿੰਘਾਂ ਦਾ ਦਲ ਉਤਰਿਆ ਹੋਇਆ ਜੰਗਲ ਦੇ ਵਿੱਚ, ਪਰ ਉਹ ਇਹ ਸੋਚਦੇ ਸੀ ਵੀ ਜੇ ਅੰਦਰ ਵੜੇ ਤਾਂ ਸਿੱਖਾਂ ਨੇ ਸਾਡਾ ਨੁਕਸਾਨ ਬਹੁਤ ਕਰ ਦੇਣਾ, ਡਰਦੇ ਮਾਰੇ ਅੰਦਰ ਵੜਦੇ ਨਹੀਂ ਸਨ ਝੱਲਦੇ। ਚੱਲ ਬੜਾ ਸਿੰਘ ਮਾਰਨ ਰਲ, ਇਹ ਸਿੰਘ ਜੇ ਕੋਈ ਤੁਰਕ ਆ ਵੀ ਜਾਂਦੇ ਸੀ ਤਾਂ ਫਿਰ ਅੰਦਰੋਂ ਸਿੰਘ ਬੰਦੂਕਾਂ ਦੀ ਵਾਛੜ ਕਰਕੇ, ਤੀਰਾਂ ਦੀ ਵਾਛੜ ਕਰਕੇ ਤੁਰਕਾਂ ਦੀ ਫੌਜ ਦਾ ਬਹੁਤ ਨੁਕਸਾਨ ਕਰ ਦਿੰਦੇ ਸੀ। ਚੱਲੋ ਸਿੰਘ ਤੋਂ ਬਾਹਰ ਜਾਵੇ, ਚੱਲ ਜੋ ਸਿੰਘ ਤਾਂ ਹੀ ਬਾਹਰ ਨਿਕਲਦੇ ਸੀ, ਤੁਰਕਾਂ ਫੌਜ ਦੂਰ ਸੁਣ ਪਾਵੇ। ਜਦੋਂ ਉਹਨਾਂ ਨੂੰ ਇਹ ਪਤਾ ਲੱਗੇ ਵੀ ਤੁਰਕਾਂ ਦੀ ਫੌਜ ਦੂਰ ਚਲੀ, ਸਿੰਘਾਂ ਨੇ ਵੀ ਆਪਣੇ ਗੁਪਤਚਰ ਛੱਡੇ ਹੁੰਦੇ ਸੀ, ਭੇਸ ਬਦਲ ਕੇ ਨਾ, ਕਈ ਸਿੰਘ ਭੇਸ ਬਦਲ ਕੇ ਤੁਰਕਾਂ ਦੀ ਫੌਜ 'ਚ ਰਹਿੰਦੇ ਸੀ, ਉਹਨਾਂ ਨੂੰ ਪਤਾ ਹੁੰਦਾ ਸੀ ਵੀ ਇਹ ਤੁਰਕ ਕਿੱਥੇ ਨੇ, ਉਹ ਸਿੰਘਾਂ ਨੂੰ ਖਬਰ ਦਿੰਦੇ ਸੀ। ਆਮ ਪਿੰਡਾਂ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਵੀ ਕਈ ਸਿੱਖਾਂ ਦਾ ਪ੍ਰੇਮ ਕਰਦੇ ਖਬਰ ਦੇ ਦਿੰਦੇ ਸੀ। ਜਦੋਂ ਪਤਾ ਲੱਗਦਾ ਸੀ ਵੀ ਤੁਰਕ ਦੀ ਫੌਜ ਦੂਰ ਚਲੀ ਗਈ ਹੈ, ਸਿੰਘ ਬਾਹਰ ਆ ਜਾਂਦੇ ਸੀ ਜੰਗਲ 'ਚੋਂ, ਜਦੋਂ ਨੇੜੇ ਆਉਂਦੇ ਸੀ ਜੰਗਲ ਦੇ ਵਿੱਚ ਆਪੀ ਹੋ ਕੇ ਬਹਿ ਜਾਂਦੇ ਸੀ। ਹਾਂਜੀ, ਮਾਰਨ ਰਸਤੇ ਦਿੱਲੀ ਲਾਹੌਰ, ਜਦੋਂ ਤੁਰਕ ਦੀ ਫੌਜ ਥੋੜ੍ਹੀ ਜਿਹੀ ਦੂਰ ਹੁੰਦੀ ਸੀ, ਸਿੰਘ ਜੀਟੀ ਰੋਡ ਦੇ ਉੱਤੇ ਨਾਕਾ ਲਾ ਲੈਂਦੇ ਸੀ। ਦਿੱਲੀ ਤੋਂ ਲਾਹੌਰ ਨੂੰ ਜਿਹੜੀ ਸੜਕ ਜਾਂਦੀ ਹੈ ਨਾ, ਉਹਦੇ 'ਤੇ ਪਤਾ ਕਰਦੇ ਰਹਿੰਦੇ ਸੀ ਵੀ ਸਰਕਾਰੀ ਖਜ਼ਾਨਾ ਕਦੋਂ ਲੰਘਣਾ, ਜਾਂ ਸਰਕਾਰ ਦੇ ਘੋੜੇ ਕਦੋਂ ਲੰਘਣੇ ਆ, ਜਾਂ ਕੋਈ ਸੋਮਨਾ ਚਾਂਦੀ ਸਰਕਾਰ ਦਾ ਮਾਲ। ਜਦੋਂ ਪਤਾ ਲੱਗਦਾ ਸੀ ਜੀਟੀ ਰੋਡ ਦੇ ਆਲੇ ਦੁਆਲੇ ਜੰਗਲ 'ਚੋਂ ਨਿਕਲਦੇ ਸੀਗੇ ਤੇ ਸਰਕਾਰ ਦਾ ਖਜ਼ਾਨਾ ਲੁੱਟ ਕੇ ਫਿਰ ਜੰਗਲ 'ਚ ਚਲੇ ਜਾਂਦੇ ਸੀ। ਕੋਈ ਮਾਰੇ ਰਹਾ ਪਿਸ਼ੌਰ, ਤੇ ਕਈ ਸਿੰਘਾਂ ਦੇ ਜਥੇ ਪਿਸ਼ੌਰ ਵਾਲਾ, ਮੁਲਤਾਨ ਵਾਲਾ, ਪਰਲਾ ਜੀਟੀ ਰੋਡ ਦਾ ਰਾਂ, ਉਹ ਲੁੱਟ ਲੈਂਦੇ ਸੀ ਜਾ ਕੇ ਪਿਸ਼ੌਰ ਤੋਂ। ਕਾਬਲ ਤੋਂ ਆਉਂਦਿਆਂ ਹੋਇਆਂ
ਜਾਂਦਿਆਂ ਹੋਇਆਂ ਸਰਕਾਰੀ ਖਜ਼ਾਨਿਆਂ ਨੂੰ ਸਿੰਘ ਸੋਧਾ ਲਾ ਦਿੰਦੇ ਸੀ। ਅੱਗੇ ਪਿੱਛੇ ਹੋਏ ਲੁੱਟਾਂ ਲਾਹੌਰ, ਜੇ ਕਿਤੇ ਮੌਕਾ ਲੱਗਦਾ ਸੀ ਲਾਹੌਰ ਦੇ ਬਾਜ਼ਾਰਾਂ ਤੱਕ ਵੀ ਲੁੱਟ ਕੇ ਆ ਜਾਂਦੇ ਸੀ। ਇੱਕ ਵਾਰੀ ਇਤਿਹਾਸ ਜ਼ਿਕਰ ਆਇਆ ਕਿ ਨਵਾਬ ਕਪੂਰ ਸਿੰਘ ਜੀ 25 ਸਿੰਘਾਂ ਦਾ ਗੱਭਰੂਆਂ ਦਾ ਜਥਾ ਲੈ ਕੇ ਪੂਰੀ ਜਵਾਨੀ ਵਿੱਚ ਸਨ ਨਵਾਬ ਜੀ ਉਦੋਂ, ਅਤੇ ਨਾਲ ਚੰਗੇ ਚੰਗੇ ਤਿਆਰ ਪਰ ਤਿਆਰ ਗੱਭਰੂ 25-30 ਸਿੰਘ ਲਏ ਲਾਹੌਰ ਜਾ ਵੜੇ। ਭੇਸ ਬਦਲਿਆ ਹੋਇਆ ਸੀਗਾ ਲਾਹੌਰ ਦੇ, ਜਿਹੜੀ ਕੋਤਵਾਲੀ ਹੈ ਨਾ ਥਾਣੇਦਾਰ ਦੀ ਕੁਰਸੀ, ਜਿਹੜੀ ਕੋਤਵਾਲ, ਥਾਣੇਦਾਰ ਦਾ ਛੋਟਾ ਹੁੰਦਾ, ਕੋਤਵਾਲ ਦਾ ਮਤਲਬ ਅੱਜ ਕੱਲ੍ਹ ਦਾ ਸਮਝੋ SSP ਪੂਰੇ ਜ਼ਿਲ੍ਹੇ ਦਾ ਜਾਂ ਪੂਰੀ ਪੁਲਿਸ ਦਾ ਇੰਚਾਰਜ, ਉਹਦੀ ਕੁਰਸੀ 'ਤੇ ਚਬੂਤਰੇ 'ਤੇ ਜਾ ਕੇ ਬੈਠ ਗਏ। 2-3 ਘੰਟੇ ਬੈਠੇ ਰਹੇ ਆਰਾਮ ਨਾਲ, ਜਿਹੜਾ ਵੀ ਕੋਈ ਆਵੇ ਉਹਦਾ ਫੈਸਲਾ ਵੀ ਕਰੀ ਗਏ। 2-3 ਘੰਟੇ ਪਿੱਛੋਂ ਨਵਾਬ ਕਪੂਰ ਸਿੰਘ ਹੋਰਾਂ ਨੇ ਸੋਚਿਆ ਵੀ ਇਹਨਾਂ ਨੂੰ ਤਾਂ ਪਤਾ ਨਹੀਂ ਲੱਗਦਾ, ਆਪਾਂ ਤਾਂ ਪਤਾ ਹੀ ਲਾਉਣ ਆਏ ਹਾਂ। ਕਹਿੰਦੇ ਨਾਲ ਦੇ ਸਿੰਘਾਂ ਦੇ ਪਾ ਕੇ ਘੋੜਿਆਂ ਦੇ ਕਾਠੀਆਂ, ਸ਼ਹਿਰ ਲਾਹੌਰ ਦਾ ਜਿਹੜਾ ਸਭ ਤੋਂ ਵੱਡਾ ਬਾਜ਼ਾਰ ਸੀ ਨਾ, ਯਾਨੀ ਸੋਨੇ ਦਾ, ਜਿੱਥੇ ਮੋਹਰਾਂ ਦਾ ਜਾਂ ਸੋਨੇ ਦਾ ਕਾਰੋਬਾਰ ਸੀ, ਉਹ ਸਾਰਾ ਹੀ ਲੁੱਟ ਕੇ ਸਾਰਾ ਸੋਨਾ ਚਾਂਦੀ ਲੈ ਕੇ ਅਤੇ ਕਪੂਰ ਸਿੰਘ ਜੀ ਜਕਾਰੇ 'ਚ ਜਾ ਕੇ ਚਲੇ ਗਏ ਅਤੇ ਕਹਿ ਆਏ ਵੀ ਜੇ ਤਗੜੇ ਉਹਦੇ ਆ ਕੇ ਫੜ ਲਓ ਮੈਨੂੰ। ਕਿਸੇ ਦੀ ਮਜਾਲ ਸੀ ਪਿੱਛੇ ਆਉਂਦਾ, ਇਹੋ ਜਿਹੇ ਸਿੰਘ ਕਾਰਨਾਮੇ ਕਰਦਿਆ ਕਰਦੇ ਸਨ। ਹਿਮਕਰ ਸਿੰਘ ਮਚਾਵੇਂ ਰੋਰ, ਇੱਦਾਂ ਬਾਬਾ ਕਪੂਰ ਸਿੰਘ ਜੀ, ਜੱਸਾ ਸਿੰਘ ਆਹਲੂਵਾਲੀਆ, ਬਾਬਾ ਨੌਧ ਸਿੰਘ ਵਰਗੇ, ਸੁੱਖਾ ਸਿੰਘ ਮਾੜੀ ਕਮੋਕੀ ਵਾਲੇ ਬੜੇ ਬੜੇ ਸਿੰਘ ਦੁਸ਼ਮਣ ਦੇ ਦੰਦ ਖੱਟੇ ਕਰਦੇ ਸੀ। ਦੋਹਰਾ ਸਿੰਘ ਸੋ ਮਾਜੋ ਕੱਢਦਾ ਬੜੇ ਸੋਰਾ ਵੀ ਚੱਲ, ਪਰ ਸਰਕਾਰ ਦਾ ਡੰਗ ਫੇਰ ਵੀ ਸਰਕਾਰ ਦਾ ਹੀ ਹੁੰਦਾ। ਸਿੰਘਾਂ ਦੇ ਉੱਤੇ ਜ਼ੋਰ ਪੈ ਗਿਆ, ਸਿੰਘ ਮਾਝੇ 'ਚੋਂ ਨਿਕਲ ਗਏ। ਮਾਝਾ ਖਾਸ ਕਰਕੇ ਅੰਮ੍ਰਿਤਸਰ ਲਾਹੌਰ ਦਾ ਇਲਾਕਾ, ਤਰਨ ਤਾਰਨ ਪੱਟੀ ਦਾ ਇਲਾਕਾ ਸਿੱਖਾਂ ਤੋਂ ਖਾਲੀ ਹੋ ਗਿਆ। ਸਿੰਘ ਵਿਚਾਰੇ ਪਿੰਡਾਂ 'ਚ ਤਾਂ ਕੀ, ਉਹ ਕਿਤੇ ਗੁਰਦੁਆਰੇ 'ਚ ਮੱਥਾ ਟੇਕਣ ਵੀ ਨਹੀਂ ਜਾ ਸਕਦੇ, ਸਾਰੇ ਇਕੱਠੇ ਹੋ ਕੇ ਝੱਲਾਂ ਜੰਗਲਾਂ ਵਿੱਚ ਜਾ ਲੁਕੇ। ਮਾਰ ਲੂਟ ਖਾਵਤ ਫਿਰੈ ਰਾਖੈ ਮਿਲਕਰ ਗੱਲ, ਮਾਰ ਕੁੱਟ ਕੇ ਖਾਣਾ ਪੈਂਦਾ ਸੀ, ਲੂਟ ਕੂਟ ਲੀਜਤ ਤਿੰਨੇ ਜੋ ਬਿਨ ਵਧਦੇ ਜਾਏ। ਤੁਰਕਾਂ ਦੇ ਦਲਾਂ ਦੇ ਵਿੱਚ ਸਿੰਘਾਂ ਦੀ ਫੌਜ ਫਿਰਦੀ, ਜਾ ਕੇ ਲੁੱਟਮਾਰ ਕਰਕੇ ਲਿਆਉਂਦੀ, ਅਤੇ ਇਸ ਤਰ੍ਹਾਂ ਸਾਧ ਸੰਗਤ ਜੀ ਗੁਜ਼ਾਰਾ ਚੱਲਦਾ ਸੀ। ਬੜਾ ਭਿਅੰਕਰ ਸਮਾਂ ਸੀ ਪੰਥ ਦੇ ਉੱਤੇ, ਦਾੜੀ ਕੇਸ ਵਾਲਾ ਇਕੱਲਾ ਕਿਤੇ ਲੱਭ ਜਾਂਦਾ ਸੀ, ਤੁਰਕ ਚਰਖੜੀਆਂ 'ਤੇ ਚਾੜ ਚਾੜ ਕੇ ਉਹਨੂੰ ਪੁੱਠੇ ਤੰਗ ਟੰਗ ਕੇ, ਉਹਦੇ ਬੰਦ ਬੰਦ ਕੱਟ ਕੱਟ ਕੇ, ਖੋਪਰੀਆਂ ਲਾ ਲਾ ਕੇ, ਬੜੇ ਤਸੀਹੇ ਦੇ ਦੇ ਕੇ ਮਾਰ ਦਿੰਦੇ ਸਨ। ਉਹ ਸਮਾਂ ਬੜਾ ਨਾਜ਼ੁਕ ਸੀ, ਸੰਨ 1746 ਦਾ ਸਮਾਂ, ਕਿੱਦਾਂ ਛੋਟਾ ਘੱਲੂਘਾਰਾ ਹੋਇਆ, ਉਹਦੀ ਭੂਮਿਕਾ ਆਰੰਭ ਹੋ ਗਈ। ਆਪ ਜੀ ਸਰਵਣ ਕਰੋਗੇ ਅਗਲੇ ਪ੍ਰਕਰਣਾਂ 'ਚ, ਛੋਟੇ ਘੱਲੂਘਾਰੇ ਦਾ ਇਤਿਹਾਸ ਸਾਰੀ ਸੰਗਤ ਨੇ ਸੁਣਨਾ ਹੈ। ਫਿਰ ਉਸ ਤੋਂ ਬਾਅਦ ਹੋਰ ਬੜੇ ਬੜੇ ਸਿੰਘਾਂ ਨੇ ਕਾਰਨਾਮੇ ਕੀਤੇ, ਬਹਾਦਰੀਆਂ ਕੀਤੀਆਂ। ਅੱਜ ਆਪਾਂ ਸਾਰੀ ਦੁਨੀਆ ਵਿੱਚ ਦਸਤਾਰਾਂ ਲੈ ਕੇ, ਦਾੜੀਆਂ ਲੈ ਕੇ ਫਿਰਦੇ ਹਾਂ, ਉਹਨਾਂ ਸ਼ਹੀਦਾਂ ਮਹਾਂਪੁਰਸ਼ਾਂ ਦੀ ਕੁਰਬਾਨੀ ਦੇ ਸਦਕਾ ਇਤਨੇ ਬਚਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ।